ਲਾ ਭਰਪੂਰ ਦਿਸਿਆ ਜਦ ਕਦਾ ਨਾਨਕ ਦਾ ਸੰਦਾਸ ਸੁਧਿਆ ਗਏ ਬਿਨ ਵਤਾ ਜੀ ਤੇਰਾ ਨਾਮ ਸਤ ਹੈ ਸ਼੍ਰੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਸਾਹਿਬ ਜੀ ਤੇਰਾ ਕੀਤਾ ਜਾਤੋ ਨਾਹੀ ਮਨੋ ਜੋਗ ਕੀ ਤੋਈ ਮਾ ਨਿਰਗੁਣ ਆਰੇ ਕੋ ਗੁਣ ਆਪੇ ਤਰਸ ਦਰਸ ਭਿਆ ਮੇਹ ਰਾਮਤ ਹੋਈ ਸਤ ਗੁਰ ਸਜਣ ਨਾਨਕ ਨਾਮ ਮਿਲੈ ਤ ਤਾ ਨਾ ਮਨ ਥੀ ਵੈ ਪੂਰਾ ਪ੍ਰਭ ਆਰਦਿਆ ਨਾਨਕ ਪੂਰਾ ਪੂਰੇ ਕੇ ਗੁਣ ਗਾ ਸੁਖ ਹਟਲ ਗੁਰ ਸੇਹ ਅਹਨ ਸੁਸਹਜ ਸੁਭਾ ਦਰਸਨ ਪਰਸ ਐ ਜਨਮ ਮਰਨ ਦੁਖ ਜਾਏ ਹੋ ਐ ਸਿਫਤੁ ਕਸਮ ਦੀ ਨੂਰੇ ਹਰਸੋਂ ਕੁਰਸੋਂ ਚਟੀ ਐ ਟੁਦਿਤੇ ਸਚੇ ਪਾਤਿਸ਼ਾਹ ਮਲ ਜਨਮ ਜਨਮ ਦੀ ਕੱਟੀ ਐ ਇੱਥੇ ਸੱਚੇ ਬਾਦਸ਼ਾਹ ਮਲ ਜਨਮ ਜਨਮ ਦੀ ਕੱਟੀ ਐ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਆਸਾ ਮਹਲਾ 5 ਪਾਸ਼ਪਦੀਆ ਕਾਰ ਦੂਜਾ ਇੱਕ ਓੰਕਾਰ ਸਤਗੁਰ ਪ੍ਰਸਾਦ ਪੰਚ ਮਨਾਏ ਪੰਚ ਰਸਾਏ ਪੰਚ ਵਸਾਏ ਪੰਚ ਗਵਾਏ ਇਨ ਬਿਦ ਨਗਰ ਉਠਾ ਮੇਰੇ ਭਾਈ ਦੁਰਤ ਗਿਆ ਗੁਰ ਗਿਆਨ ਦਰੜਾਈ ਪੰਚ ਵਸਾਏ ਪੰਚ ਮਨਾਏ ਵਾਹੇ ਗੁਰਜੀ ਕਾ ਖਾਲਸਾ ਵਾਹੇ ਗੁਰਜੀ ਕੀ ਫਤਿਹ ਜੁਗੋ ਜੁਗ ਅਟਲ ਤਤ ਪਾਵਨ ਗਰੀਬ ਨਵਾਜ਼ ਸਤਿਗੁਰੂ ਗੁਰੂ ਗ੍ਰੰਥ ਮਹਾਰਾਜ ਸਾਹਿਬ ਜੀ ਸਾਰੇ ਸਿੱਖਨ ਕੋ ਹੁਕਮ ਹੈ ਗੁਰੂ ਮਾਨਯੋ ਗ੍ਰੰਥ ਦਸਵੇਂ ਪਾਤਸ਼ਾਹ ਜੀ ਦੇ ਬਚਨ ਗੁਰਗੱਦੀ ਤੇ ਬਿਰਾਜਮਾਨ ਗਰੀਬ ਨਵਾਜ਼ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ऐसे दीनदयाल सतगुरु दी पवित्र हुज़ूरी ਵਿੱਚ ਆਪ ਸੰਗਤਾਂ ਬੈਠ ਕੇ ਗੁਰੂ ਦਰਬਾਰ ਦੀ ਸ਼ੋਭਾ ਨੂੰ ਵਧਾਉਂਦਿਆਂ ਹੋਇਆਂ ਗੁਰਬਾਣੀ ਦੇ ਕੀਰਤਨ ਔਰ ਨਿਤਨੇਮ ਆਪ ਸੰਗਤਾਂ ਨੇ ਸਰਵਣ ਕੀਤੇ ਮਿਲਿਆ ਹੋਇਆ ਸਮਾਂ ਮਿਲੇ ਹੋਏ சுவாਸ ਗੁਰੂ ਰਹਿਮਤ ਨਾਲ ਸਫਲੇ ਬਣਾਏ ਲੱਡੀਵਾਰ ਗੁਰਬਾਣੀ ਦੀ ਕਥਾ ਜੋ ਸਤਿਗੁਰੂ ਜੀ ਸਾਨੂੰ ਬਖਸ਼ਿਸ਼ ਕਰ ਰਹੇ ਨੇ ਆਓ ਕੁਝ ਸਮੇਂ ਵਾਸਤੇ ਮਨ ਬਿਰਤੀਆਂ ਟਕਾਈਏ ਬੜੀ ਭਾਵਨਾ ਸ਼ਰਦਾ ਦੇ ਨਾਲ ਸਰਵਨ ਕਰੀਏ ਲਾਹੇ ਪ੍ਰਾਪਤ ਕਰੀਏ ਮਿਲ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਆਸਾ ਮਹੱਲਾ ਪੰਜਵਾ ਅਸ਼ਟਪਦੀਆਂ ਕਰ ਦੂਜਾ ਆਸਾ ਰਾਗ ਹੈ ਇਥੋਂ ਅੱਗੇ ਬਾਣੀ ਜਿਹੜੀ ਹੈ ਗੁਰੂ ਅਰਜਨ ਸਾਹਿਬ ਪਾਤਸ਼ਾਹ ਦੀ ਪਰਾਰੰਭ ਹੋ ਰਹੀ ਹੈ ਪਰਸੋਂ ਦੇ ਦੀਵਾਨ ਵਿੱਚ ਆਪਾਂ ਗੁਰੂ ਅਮਰਦਾਸ ਪਾਤਸ਼ਾਹ ਦੇ ਜਿਹੜੇ ਸ਼ਬਦ ਸਨ ਉਹ ਸਰਵਨ ਕਰ ਰਹੇ ਸੀ ਇਤੋਂ ਅੱਗੇ ਹੁਣ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਮਹਾਰਾਜ ਦੀ ਬਾਣੀ ਪਰ ਆਰੰਭ ਹੋਈ ਹੈ ਅਸ਼ਟ ਪਦੀਆਂ ਅਸ਼ਟ ਤੋਂ ਭਾਵ 8 ਹੈ 8 ਪੌੜੀਆਂ ਇਸ ਸ਼ਬਦ ਦੀਆਂ ਨੇ ਆਪਾਂ ਸੁਖਮਨੀ ਸਾਹਿਬ ਦਾ ਵੀ ਪਾਠ ਕਰਦੇ ਆ ਬਹੁਤ ਆਤ ਬਹੁਤੇ ਲੋਕ ਅਸ਼ਟ ਪਦੀ ਕਹਿੰਦੇ ਨੇ ਸਸੇ ਦੇ ਪੈਰ ਵਿੱਚ ਬਿੰਦੀ ਲਾ ਕੇ ਅਸ਼ਟ ਪਦੀ ਔਰ ਗੁਰੂ ਅਰਜਨ ਦੇ ਮਹਾਰਾਜ ਜੀਆ ਨੇ ਸਸੇ ਦੇ ਪੈਰ ਵਿੱਚ ਬਿੰਦੀ ਨਹੀਂ ਲਾਈ ਹੈ। ਨਰੋਲ ਸਸਾ ਜਿਹੜਾ ਹੈ ਉਹ ਮਹਾਰਾਜ ਨੇ ਲਿਖਿਆ ਅਸ਼ਟਪਦੀ ਨਹੀਂ ਅਸ਼ਟਪਦੀ ਹੈ ਇਹ ਅਸ਼ਟਪਦੀ ਜਿਹੜੀ ਹੈ ਮਹਾਰਾਜ ਜੀ ਇੱਥੇ ਬਖਸ਼ਿਸ਼ ਕਰਦੇ ਨੇ ਅੱਠ ਪੌੜੀਆਂ ਦਾ ਇਹ ਸ਼ਬਦ ਹੋਵੇਗਾ। ਅਗਾ ਤੋਂ ਜਦੋਂ ਆਪਾਂ ਸੁਖਮਨੀ ਸਾਹਿਬ ਦਾ ਪਾਠ ਕਰਨਾ ਹੈ ਇਸ ਆਪਣੀ ਗਲਤੀ ਨੂੰ ਸੁਧਾਰਨਾ ਹੈ। ਅਸ਼ਟਪਦੀ ਦੀ ਥਾਂ ਤੇ ਅਸ਼ਟਪਦੀ ਸ਼ਬਦ ਜਿਹੜਾ ਹੈ ਉਹ ਕਹਿਣਾ ਹੈ ਜਿਹੜੇ ਰਾਗ ਨੂੰ ਗਾਉਣ ਵਾਲੇ ਨੇ ਗੁਰਮੁਖ ਉਹਨਾਂ ਨੂੰ ਦੂਜੇ ਘਰ ਦੇ ਵਿੱਚ ਇਹ ਜਿਹੜਾ ਸ਼ਬਦ ਹੈ ਮਹਾਰਾਜ ਗਾਉਣ ਦਾ ਹੁਕਮ ਕਰਦੇ ਹਨ ੴ ਸਤਿਗੁਰ ਪ੍ਰਸਾਦਿ ਬ੍ਰਹਮਾਤਮਾ ਜਿਹੜਾ ਹੈ ਜਾਤੀ ਵਜਾਤੀ ਸਵੈਗਾਤਿ ਭੇਦਾਂ ਤੋਂ ਰਹਿ ਧੋਣ ਕਰਕੇ ਉਸ ਨੂੰ ਉਹ ਅੰਕਾਰ ਕਿਹਾ ਜਾਂਦਾ ਹੈ ਉਹ ਪਰਮਾਤਮਾ ਇੱਕ ਹੈ ਉਹਦੇ ਨਾਮ ਜਰੂਰ ਵਖੋ ਵਖਰੇ ਨੇ ਦੁਨੀਆਂ ਦੇ ਲੋਕਾਂ ਨੇ ਉਹਦੇ ਨਾਮ ਉਹਦੇ ਕਰਤੱਵਾਂ ਤੋਂ ਰਖ ਦਿੱਤੇ ਪਰ ਹੈ ਉਹ ਪਰਮਾਤਮਾ ਇੱਕ ਹੀ ਜਿਵੇਂ ਇਨਸਾਨ ਇੱਕ ਹੈ ਉਹਦੀਆਂ ਰਿਸ਼ਤੇਦਾਰੀਆਂ ਵਖੋ ਵਖਰੀਆਂ ਨੇ ਕਿਸੇ ਦਾ ਮਾਮਾ ਲੱਗਦਾ ਕਿਸੇ ਦਾ ਚਾਚਾ ਲੱਗਦਾ ਕਿਸੇ ਦਾ ਭਰਾ ਲੱਗਦਾ ਬੰਦਾ ਇੱਕੋ ਹੀ ਹੈ ਪਰ ਰਿਸ਼ਤੇਦਾਰੀ ਉਹਦੀ ਵਖੋ ਵਖਰੀ ਹੈ ਸਾਰਿਆਂ ਦੇ ਨਾਲ ਇਹਦਾ ਮਤਲਬ ਇਹ ਨਹੀਂ ਵੀ ਉਹ ਇਨਸਾਨ ਬਦਲ ਗਿਆ ਹੈ ਉਹ ਉਹੀ ਹੈ ਕੇਵਲ ਰਿਸ਼ਤੇਦਾਰਾਂ ਨੇ ਉਹਦੀ ਰਿਸ਼ਤੇਦਾਰੀ ਨੂੰ ਮੁੱਖ ਰੱਖ ਕੇ ਉਹਦਾ ਨਾਮ ਲਿਆ ਹੈ ਪਰਮਾਤਮਾ ਇੱਕ ਹੈ ਉਹਦੇ ਕਰਤੱਵ ਜ਼ਰੂਰ ਵੱਖੋ ਵੱਖਰੇ ਨੇ ਸਤਿਗੁਰ ਪ੍ਰਸਾਦ ਐਸਾ ਪਰਮਾਤਮਾ ਗੁਰੂ ਕਿਰਪਾ ਨਾਲ ਪ੍ਰਾਪਤ ਹੁੰਦਾ ਗੁਰਮੁਖੋ ਇਹ ਜਿਹੜਾ ਸ਼ਬਦ ਹੈ ਨਾ ਆਪਾਂ 430 ਅੰਗ ਦੇ ਉੱਪਰ ਸਰਵਨ ਕਰ ਰਹੇ ਹਾਂ ਜਿਸ ਵੇਲੇ ਮਹਾਰਾਜ ਨੇ ਅੰਮ੍ਰਿਤਸਰ ਨਗਰ ਵਸਾਇਆ ਨਾ ਅੰਮ੍ਰਿਤਸਰ ਸ਼ਹਿਰ ਇਹ ਸ਼ਬਦ ਉਦੋਂ ਰਚਿਆ ਗੁਰੂ ਅਰਜਨ ਸਾਹਿਬ ਜੀ ਆਨੇ ਸੰਗਤਾਂ ਨੇ ਆ ਕੇ ਕੁਝ ਗੁਰਸਿੱਖਾਂ ਨੇ ਪੁੱਛਿਆ ਮਹਾਰਾਜ ਜਦੋਂ ਅੰਮ੍ਰਿਤਸਰ ਸ਼ਹਿਰ ਵਸਾਇਆ ਉਦੋਂ ਕੀ ਹੋਇਆ ਸੀ ਕਿਰਪਾ ਕਰਕੇ ਦੱਸੋ ਤੇ ਫਿਰ ਮਹਾਰਾਜ ਫਰਮਾਉਂਦੇ ਹਨ ਪੰਚ ਮਨਾਏ ਪੰਚ ਰਸਾਏ ਮਹਾਰਾਜ ਕਹਿਣ ਲੱਗੇ ਭਾਈ ਜਦੋਂ ਅਸੀਂ ਸ਼ਹਿਰ ਵਸਾਉਣ ਲੱਗੇ ਨਾ ਤੇ ਪੰਚ ਮਨਾਏ ਜਿਹੜੇ ਚੰਗੇ ਪੰਜ ਪ੍ਰਧਾਨ ਸਨ ਸਿਆਣੇ ਲੋਕ ਦੂਜਿਆਂ ਪਿੰਡਾਂ ਵਿੱਚ ਉਹਨਾਂ ਨੂੰ ਮਨਾ ਕੇ ਅਸੀਂ ਇੱਥੇ ਲੈ ਕੇ ਆਏ ਵੀ ਆਓ ਭਾਈ ਨਗਰ ਵਸਾਉਣ ਲੱਗੇ ਆ ਤੇ ਤੁਹਾਡੇ ਸਹਿਯੋਗ ਦੀ ਲੋੜ ਹੈ ਉਹਨਾਂ ਪੰਚ ਮੋਤਵਾਰਾਂ ਨੂੰ ਸਿਆਣੇ ਵਿਅਕਤੀਆਂ ਨੂੰ ਅਸੀਂ ਇੱਥੇ ਲਿਆਂਦਾ ਹੈ ਪੰਚ ਰਸਾਏ ਜਿਹੜੇ ਖੋਟੀ ਬੁੱਧੀ ਵਾਲੇ ਸਨ ਵਕਾਰੀ ਲੋਕ ਸਨ ਉਹਨਾਂ ਨੂੰ ਆਖਿਆ ਵੀ ਭਾਈ ਤੁਸੀਂ ਚਲੇ ਜਾਓ ਇਥੋਂ ਤੁਹਾਡੀ ਕੋਈ ਲੋੜ ਨਹੀਂ ਐ ਮਾੜੇ ਪੁਰਸ਼ਾਂ ਦੀ ਇਹ ਧਰਤੀ ਨਹੀਂ ਐ ਇਹ ਸਾਧੂਆਂ ਦਾ ਨਗਰ ਹੈ ਉਹ ਜਿਹੜੇ ਵਿਕਾਰੀ ਲੋਕ ਸਨ ਮਨ ਬੁੱਧੀ ਸਨ ਮਾੜੇ ਖਿਆਲਾਂ ਵਾਲੇ ਉਹ ਸਾਡੇ ਤੋਂ ਰੁੱਸ ਗਏ ਰੁੱਸ ਕੇ ਇਸ ਨਗਰ ਵਿੱਚੋਂ ਚਲੇ ਗਏ ਹਨ ਪੰਜ ਵਿਸਾਏ ਪੰਜ ਗਵਾਏ ਜਿਹਨੇ ਸਿਆਣੇ ਲੋਕ ਸਨ ਸਤ ਸੰਤੋਖ ਦਇਆ ਧਰਮ ਨੂੰ ਧਾਰਨ ਕਰਨ ਵਾਲੇ ਉਹਨਾਂ ਨੂੰ ਅਸੀਂ ਇੱਥੇ ਵਸਾਉਣਾ ਕੀਤਾ ਤੇ ਜਿਹੜੇ ਸਨ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਵਿੱਚ ਗਲਤਾਂ ਨੂੰ ਚੁੱਕੇ ਪੰਜ ਗਵਾਏ ਉਹਨਾਂ ਨੂੰ ਗਵਾ ਦਿੰਦਾ ਪਰੇ ਕਰ ਦਿੰਦਾ ਦੂਰ ਕਰ ਦਿੰਦਾ ਪਿੰਡ ਤੋਂ ਦੂਰ ਕੱਢ ਦਿੱਤੇ ਹਨ ਇਸ ਤਰ੍ਹਾਂ ਮਹਾਰਾਜ ਕਹਿਣ ਲੱਗੇ ਵੀ ਇਹ ਸਾਰਾ ਕਾਰਜ ਹੋਇਆ ਹੈ ਇਨ ਬਿਦ ਨਗਰ ਉਠਾ ਮੇਰੇ ਭਾਈ ਭਾਈ ਇਸ ਤਰੀਕੇ ਦੇ ਨਾਲ ਜਿਹੜਾ ਨਗਰ ਹੈ ਨਾ ਅੰਮ੍ਰਿਤਸਰ ਸ਼ਹਿਰ ਇਹ ਨਗਰ ਬਣਿਆ ਹੈ ਇਸ ਤਰ੍ਹਾਂ ਅਸੀਂ ਬਣਾਇਆ ਹੈ ਗੁਰਬਾਨੀ ਦੇ ਵਿੱਚ ਦੋ ਸ਼ਬਦ ਆਉਂਦੇ ਨੇ ਇੱਕ ਆਉਂਦਾ ਗ੍ਰਾਮ ਤੇ ਇੱਕ ਆਉਂਦਾ ਨਗਰ ਪਾਠ ਨਗਰ ਸੇ ਗ੍ਰਾਮ ਆਪਾਂ ਪੜ੍ਹਦੇ ਹਾਂ 12 ਮਾਂ ਦੀ ਬਾਣੀ ਵਿੱਚ ਗ੍ਰਾਮ ਕਿਹਾ ਜਾਂਦਾ ਪਿੰਡ ਨੂੰ ਜਿੱਥੇ ਥੋੜੀ ਲੋਕਾਂ ਦੀ ਗਿਣਤੀ ਹੋਵੇ ਤੇ ਨਗਰ ਕਿਹਾ ਜਾਂਦਾ ਜਿੱਥੇ ਬਹੁਤੀ ਗਿਣਤੀ ਜਿਸ ਨੂੰ ਸ਼ਹਿਰ ਕਹਿੰਦੇ ਨੇ ਇੱਥੇ ਮਹਾਰਾਜ ਕਹਿਣ ਲੱਗੇ ਇਨ ਬਿਦ ਨਗਰ ਉਠਾ ਮੇਰੇ ਭਾਈ ਆ ਮੇਰੇ ਭਰਾਵੋ ਇਸ ਆ ਜਿਹੜਾ ਵੱਡਾ ਨਗਰ ਹੈ ਨਾ ਬਹੁਤੀ ਗਿਣਤੀ ਵਾਲਾ ਅੰਮ੍ਰਿਤਸਰ ਸ਼ਹਿਰ ਅਸੀਂ ਇਸ ਤਰ੍ਹਾਂ ਵਸਾਇਆ ਹੈ। ਪਾਪੀਆਂ ਨੂੰ ਇੱਥੋਂ ਜਾਣ ਦਾ ਹੁਕਮ ਹੈ ਤੇ ਗੁਰਮੁਖਾਂ ਨੂੰ ਇੱਥੇ ਰਹਿਣ ਦਾ ਹੁਕਮ ਹੈ। ਮਹਾਰਾਜ ਫਿਰ ਸ਼ੁਰੂ ਤੋਂ ਬਖਸ਼ਿਸ਼ ਕਰਦੇ ਹਨ। ਪੰਜ ਮਨਾਏ ਪੰਜ ਰਸਾਏ। ਅੱਛਾ ਕਹਿਣ ਲੱਗੇ ਪੰਜ ਮਨਾਏ ਜਿਹੜੇ ਪੰਜ ਸੰਨ ਸਤ ਸੰਤੋਖ ਦਇਆ ਧਰਮ ਧੀਰਜ ਇਹ ਜਿਹੜੇ ਸ਼ੁਭ ਗੁਣ ਨੇ ਇਨਾਂ ਨੂੰ ਮਨਾਇਆ ਹੈ ਕਾਦੇ ਵਾਸਤੇ ਇਹ ਜਿਹੜੀ ਮਨੁੱਖਾ ਦੇਹੀ ਹੈ ਨਾ ਇਹ ਵੀ ਤੇ ਇੱਕ ਨਗਰ ਹੀ ਹੈ ਨਾ ਮਨੁੱਖਾ ਦੇਹੀ ਵੀ ਤੇ ਇੱਕ ਸ਼ਰੀਰ ਸ਼ਰੀਰ ਵੀ ਤੇ ਇੱਕ ਨਗਰ ਮਹਾਰਾਜ ਨੇ ਲਿਖਿਆ ਸਤਿਗੁਰੂ ਪਾਤਸ਼ਾਹ ਕਹਿੰਦੇ ਇਸ ਸ਼ਰੀਰ ਨੂੰ ਪ੍ਰਮਾਤਮਾ ਦੀ ਪ੍ਰਾਪਤੀ ਕਰਾਉਣ ਵਾਸਤੇ ਪੰਜ ਮਨਾਏ ਜਿਹੜੇ ਸਤ ਸੰਤੋਖ ਦਇਆ ਧਰਮ ਉਹਨਾਂ ਨੂੰ ਮਨਾ ਕੇ ਲੈ ਕੇ ਆਂਦਾ ਇਹ ਸਰੀਰ ਦੇ ਵਿੱਚ ਰੱਖਿਆ ਹੈ ਵੀ ਤੁਹਾਡੇ ਨਾਲ ਇਹ ਸਰੀਰ ਨੇ ਪਰਫੁੱਲਤ ਹੋਣਾ ਖੁਸ਼ੀ ਸਿਹਤ ਹੋਣਾ ਹੈ ਤੇ ਪੰਜ ਰਸਾਏ ਜਿਹੜੇ ਪੰਜ ਕਾਮ ਕ੍ਰੋਧ ਲੋਭ ਮੋਹ ਹੰਕਾਰ ਸਨ ਉਹਨਾਂ ਨੂੰ ਰਸਾ ਕੇ ਤੇ ਇਸ ਸਰੀਰ ਵਿੱਚੋਂ ਬਾਹਰ ਕੱਢ ਦਿੱਤਾ ਭਿਯਾ ਦਿੱਤੇ ਹਨ ਪੰਜ ਵਸਾਏ ਪੰਜ ਗਵਾਏ ਪਾਤਸ਼ਾਹ ਕਹਿ ਲਗੇ ਜਿਹੜੇ ਪੰਜ ਕਾਮ ਕ੍ਰੋਧ ਲੋਭ ਮੋਹ ਹੰਕਾਰ ਸਨ ਉਹ ਗਵਾਏ ਪਰੇ ਕਰ ਦਿੱਤੇ ਤੋੜ ਦਿੱਤੇ ਨੇ ਤੇ ਪੰਜ ਵਸਾਏ ਜਿਹੜੇ ਪੰਜ ਸ਼ੁਭ ਗੁਣ ਸਨ ਉਹਨਾਂ ਨੂੰ ਵਸਾਇਆ ਹੈ ਉਹਨਾਂ ਨੂੰ ਇਸ ਸਰੀਰ ਵਿੱਚ ਲਿਆ ਕੇ ਧਾਰਨ ਕੀਤਾ ਹੈ ਪਾਦਸ਼ਾਹ ਫਿਰ ਫਰਮਾਉਂਦੇ ਹਨ ਪੰਚਮਨਾਏ ਪੰਚ ਰਸਾਏ ਜਿਹੜੇ ਪੰਜ ਸ਼ੁਭ ਗੁਣ ਸਾਡੇ ਤੋਂ ਰੁੱਸ ਕੇ ਚਲੇ ਗਏ ਸਨ ਪੰਚ ਰਸਾਏ ਜਿਹੜੇ ਰੁੱਸ ਗਏ ਸਨ ਜਿਵੇਂ ਕੋਈ ਸਾਡਾ ਸਾਥ ਸਬੰਧੀ ਰੁੱਸ ਜਾਵੇ ਝਗੜਾ ਕਰਕੇ ਚਲੇ ਜਾਵੇ ਵਿਆਹ ਸ਼ਾਦੀ ਦੀ ਤੇ ਬਾਕੀ ਪਰਿਵਾਰ ਦੇ ਮੈਂਬਰ ਮਨਾ ਕੇ ਲੈ ਕੇ ਆਉਂਦੇ ਇਸ ਤਰ੍ਹਾਂ ਇਹ ਜਿਹੜੇ ਸ਼ੁਭ ਗੁਣ ਨੇ ਨਾ ਭਾਈ ਸਾਡੇ ਅੰਦਰ ਜਦੋਂ ਅਸੀਂ ਸ਼ੁਭ ਗੁਣਾ ਦੀ ਗੱਲ ਨਹੀਂ ਨਾ ਮੰਨਦੇ ਤੇ ਉਹ ਛੱਡ ਕੇ ਚਲੇ ਜਾਂਦੇ ਨੇ ਉਹਨ ਸਾਡਾ ਸਾਖ ਸੰਬੰਧੀ ਵਿਆਹ ਦੇ ਵਿੱਚੋਂ ਕਿਉਂ ਰੁਸ ਕੇ ਗਿਆ ਕਿਉਂਕਿ ਜਿਹੜੀ ਉਹਨੇ ਮੰਗ ਰੱਖੀ ਉਹ ਪੂਰੀ ਨਹੀਂ ਹੋਈ ਉਹਦੀ ਗੱਲ ਮੰਨੀ ਨਹੀਂ ਗਈ ਉਹ ਗੁੱਸਾ ਕਰਕੇ ਚਲਾ ਗਿਆ ਜੇ ਉਹਨੂੰ ਮਨਾ ਕੇ ਲੈ ਕੇ ਆਉਣਾ ਉਹਦੀ ਗੱਲ ਵੀ ਨਾਲ ਮੰਨਣੀ ਪਵੇਗੀ ਇਸੇ ਤਰ੍ਹਾਂ ਇਹ ਜਿਹੜੇ ਸਤ ਸੰਤੋਖ ਦਇਆ ਧਰਮ इत्याਦਿਕ ਸ਼ੁਭ ਗੁਣ ਨੇ ਨਾ ਜਦੋਂ ਅਸੀਂ ਇਹਨਾਂ ਨੂੰ ਮੰਨਦੇ ਹੀ ਨਹੀਂ ਇਹਨਾਂ ਦੇ ਮੁਤਾਬਕ ਚੱਲਦੇ ਨਹੀਂ ਤੇ ਇਹ ਫਿਰ ਛੱਡ ਕੇ ਬੰਦੇ ਨੂੰ ਚਲੇ ਜਾਂਦੇ ਵੀ ਜਾ ਤੂੰ ਜਿੱਦਰ ਮਰਦੀ ਅਸੀਂ ਚੱਲੇ ਆ ਜੇ ਤੂੰ ਸਾਨੂੰ ਧਾਰਨ ਨਹੀਂ ਕਰਨਾ ਹੈ ਪੰਚ ਰਸਾਏ ਇਹ ਜਦੋਂ ਪੰਜ ਸ਼ੁਭ ਗੁਣ ਰੁੱਸ ਗਏ ਤੇ ਸਿਆਣੀ ਅਕਲ ਵਾਲੇ ਬੰਦੇ ਨੂੰ ਪਤਾ ਲੱਗਾ ਵੀ ਨਹੀਂ ਮੈਂ ਗਲਤੀ ਕਰ ਬੈਠਾ ਇਹਨਾਂ ਗੁਣਾ ਬਿਨਾ ਮੇਰਾ ਕੌਣ ਹੈ ਫਿਰ ਪੰਚ ਮਨਾਏ ਫਿਰ ਉਹ ਪੰਜ ਮਨਾ ਕੇ ਲੈ ਕੇ ਆਂਦੇ ਵੀ ਨਹੀਂ ਤੁਸੀਂ ਆਜੋ ਮੇਰੇ ਸਰੀਰ ਦੇ ਵਿੱਚ ਮੈਂ ਤੁਹਾਡੇ ਮੁਤਾਬਕ ਚੱਲਾਂਗਾ ਮੈਂ ਸਤਵੀ ਰੱਖਾਂਗਾ ਮੈਂ ਸੰਤੋਖ ਵੀ ਰੱਖਾਂਗਾ ਮੈਂ ਦਇਆ ਵੀ ਰੱਖਾਂਗਾ ਮੈਂ ਧਰਮ ਵੀ ਧਾਰਨ ਕਰਾਂਗਾ ਮੈਂ ਸ਼ੁਭ ਕਾਰਜ ਵੀ ਕਰਾਂਗਾ ਇਸ ਤਰ੍ਹਾਂ ਉਹਨਾਂ ਦੀ ਗੱਲ ਮੰਨ ਕੇ ਫਿਰ ਮਨੁੱਖ ਸਤ ਸੰਗੀ ਬਣ ਗਿਆ ਸੰਤੋਖੀ ਬਣ ਗਿਆ ਗੁਣੀ ਬਣ ਗਿਆ ਧਰਮੀ ਬਣ ਗਿਆ ਸ਼ੁਭ ਗੁਣਾ ਵਾਲਾ ਬਣ ਗਿਆ ਕਹਿੰਦੇ ਇਸ ਤਰ੍ਹਾਂ ਭਾਈ ਉਹ ਜਿਹੜੇ ਸ਼ੁਭ ਗੁਣ ਨੇ ਮਨਾ ਕੇ ਲੈਂਦੇ ਹਨ ਪੰਜ ਵਿਸਾਏ ਪੰਜ ਗਵਾਏ ਉਹਦੇ ਪੰਜ ਪਹਿਲਾਂ ਹੀ ਵਸੇ ਹੋਏ ਸਨ ਸਾਡੇ ਘਰ ਵਿੱਚ ਆ ਕੇ ਜਿਵੇਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਕਾਮ ਕ੍ਰੋਧ ਨਗਰ ਬਹੁ ਭਰਿਆ ਇਹ ਸਾਡਾ ਸਰੀਰ ਤੇ ਵਿਕਾਰ ਦੇ ਨਾਲ ਭਰਿਆ ਹੋਇਆ ਸਾਨੂੰ ਕਾਮ ਨੂੰ ਆਵਾਜ਼ ਮਾਰਨ ਦੀ ਲੋੜ ਨਹੀਂ ਵੀ ਆ ਜਾ ਕਾਮ ਤੂੰ ਸਾਡੇ ਕੋਲ ਸਾਨੂੰ ਕਰੋਧ ਨੂੰ ਆਵਾਜ਼ ਮਾਰਨ ਦੀ ਲੋੜ ਨਹੀਂ ਲੋਭ ਨੂੰ ਆਵਾਜ਼ ਮਾਰਨ ਦੀ ਲੋੜ ਨਹੀਂ ਵੀ ਆ ਜਾਓ ਸਾਡੇ ਸਰੀਰ ਨੂੰ ਲੱਗ ਜਾਓ ਨਹੀਂ ਇਹ ਵਿਕਾਰ ਤੇ ਪਹਿਲਾਂ ਹੀ ਤੇਰੇ ਸਰੀਰ ਨੂੰ ਲੱਗੇ ਨੇ ਤੇਰਾ ਸਰੀਰ ਤੇ ਇਹਨਾਂ ਨਾਲ ਪਹਿਲਾਂ ਹੀ ਭਰਿਆ ਹੋਇਆ ਇਹ ਜਿਹੜੇ ਪੰਜ ਵਿਕਾਰ ਸਨ ਤੇਰੇ ਸਰੀਰ ਦੇ ਵਿੱਚ ਬੈਠੇ ਹੋਏ ਘਰ ਘਰ ਕੇ ਤੇ ਫਿਰ ਪੰਚ ਗਵਾਏ ਜਦੋਂ ਗੁਰੂ ਦੀ ਸ਼ਰਣ ਵਿੱਚ ਆਏ ਨਾ ਗੁਰੂ ਦਾ ਸ਼ਬਦ ਪੜ੍ਹਿਆ ਸਤਿਗੁਰ ਹੋਏ ਦਿয়াল ਤਾਂ ਸਰਧਾ ਪੂਰੀ ਐ ਜਦੋਂ ਸਤਿਗੁਰ ਦਿਾਲੂ ਹੋ ਗਏ ਮਹਾਰਾਜ ਨੇ ਉਸ ਵੇਲੇ ਸ਼ਬਦ ਉਪਦੇਸ਼ ਬਖਸ਼ਿਸ਼ ਕਰ ਦਿੱਤਾ ਤੇ ਫਿਰ ਇਹ ਜਿਹੜੇ ਪੰਜ ਵਿਕਾਰ ਘਰ ਬਣਾ ਕੇ ਸਾਡੇ ਸਰੀਰ ਵਿੱਚ ਬੈਠੇ ਸਨ ਇਹ ਦੌੜ ਗਏ ਭੱਜ ਗਏ ਉਸੇ ਵੇਲੇ ਛੱਡ ਕੇ ਚਲੇ ਜਾਂਦੇ ਵਿਕਾਰ ਵੀ ਉਹਨਾਂ ਚਿਰ ਹੀ ਨੇੜੇ ਆਉਂਦਾ ਜਿੰਨਾ ਚਿਰ ਮਨੁੱਖ ਗੁਰੂ ਤੋਂ ਦੂਰ ਹੈ ਜਦੋਂ ਗੁਰੂ ਦੇ ਨੇੜੇ ਆ ਜਾਈਏ ਫਿਰ ਵਕਾਰ ਛੱਡ ਕੇ ਭੱਜ ਜਾਂਦੇ ਦੌੜ ਜਾਂਦੇ ਨੇੜੇ ਖਲੁੰਦੇ ਨਹੀਂ ਪਾਤਸ਼ਾਹ ਕਹਿੰਦੇ ਇਸ ਤਰ੍ਹਾਂ ਭਾਈ ਸ਼ੁਭ ਗੁਣ ਤੇ ਆਗੈ ਅਤੇ ਉਹ ਗਣ ਜਿਹੜੇ ਵਿਕਾਰ ਨੇ ਉਹ ਚਲੇ ਗਏ ਹਨ ਇਨ ਬਿਦ ਨਗਰ ਉੱਠਾ ਮੇਰੇ ਭਾਈ ਜਿਹਦੇ ਨਾਲ ਭਾਈ ਇਹ ਜਿਹੜਾ ਸ਼ਰੀਰ ਰੂਪੀ ਨਗਰ ਹੈ ਨਾ ਇਹ ਬੰਨਿਆ ਹੈ ਇਹ ਅਸੀਂ ਵਸਾਉਣਾ ਕੀਤਾ ਇਸ ਤਰ੍ਹਾਂ ਸਾਡਾ ਸ਼ਰੀਰ ਜਿਹੜਾ ਸੁਭ ਗੁਣਾ ਦੇ ਸਮਿਤ ਹੈ ਦੁਰਤ ਗਿਆ ਗੁਰ ਗਿਆਨ ਦ੍ਰਿੜਾਈ ਗੁਰੂ ਨੇ ਗਿਆਨ ਦ੍ਰਿੜ ਕਰਵਾਇਆ ਜਦੋਂ ਗੁਰੂ ਨੇ ਗਿਆਨ ਦਾ ਦਿੱਤਾ ਨਾ ਪ੍ਰਕਾਸ਼ ਹੁਣ ਗੁਰੂ ਨੇ ਪ੍ਰਕਾਸ਼ ਕਿਵੇਂ ਕਰਨਾ ਜਿਵੇਂ ਦੀਵਾ ਪ੍ਰਕਾਸ਼ ਕਰਦਾ ਦੀਵਾ ਅਸੀਂ ਜਗਾ ਕੇ ਘਰ ਵਿੱਚ ਰੱਖਿਆ ਹੈ ਲਾਈਟ ਅਸੀਂ ਬਾਲੀ ਹੈ ਲਾਈਟ ਦਾ ਕੰਮ ਹੈ ਕੇਵਲ ਚਾਨਣ ਦੇਣਾ ਤੈਨੂੰ ਦੱਸਣਾ ਜੇ ਤੂੰ ਚਾਨਣ ਵਿੱਚ ਵੇਖ ਕੇ ਵੀ ਜਾਣ ਬੁੱਝ ਕੇ ਖੱਡੇ ਵਿੱਚ ਡਿੱਗ ਪਵੇਂ ਖੂਵ ਵਿੱਚ ਡਿੱਗ ਪਵੇਂ ਤੇ ਮੁੜ ਕੇ ਚਾਨਣ ਨੂੰ ਗਾਲ੍ਹਾਂ ਦੇਵੇਂ ਲਾਈਟ ਨੂੰ ਗਾਲ੍ਹਾਂ ਦੇਵੇਂ ਤੇ ਤੇਰੀ ਬੇਕੂਫੀ ਹੈ ਚਾਨਣ ਨੇ ਤੈਨੂੰ ਵਿਖਾ ਦਿੱਤਾ ਹੈ ਵੀ ਅੱਗੇ ਖੱਡਾ ਹੈ ਕਬੀਰ ਸਾਹਿਬ ਜੀਆ ਨੇ ਬਚਨ ਕੀਤਾ ਕਹਿਣ ਲਗੇ ਹਾਥ ਦੀਪ ਕੂਏ ਪਰੇ ਕਬੀਰ ਕਾਹੇ ਕੀ ਕੁਸਲਾਤ ਹੱਥ ਵਿੱਚ ਦੀਵਾ ਫੜਿਆ ਦੀਵਾ ਚਾਦਰਨ ਕਰਦਾ ਪਿਆ ਚਾਦਰਨ ਵਿੱਚ ਪਤਾ ਲੱਗਿਆ ਵੀ ਸਾਹਮਣੇ ਖੱਡਾ ਹੈ ਟੋਆ ਹੈ ਕੂਹ ਹੈ ਜਾਨ ਬੁਝ ਕੇ ਫਿਰ ਵੀ ਵਿੱਚ ਡਿੱਗ ਪਿਆ ਤੇ ਫਿਰ ਕਾਹੇ ਕਿਦੀ ਤੂੰ ਕਹਿਣਾ ਵੀ ਮੈਂ ਬੜਾ ਸੁਖੀ ਆ ਮੈਂ ਬੜਾ ਬਚਿਆ ਹੋਇਆ ਜਦੋਂ ਡਿੱਗੇਗਾ ਤੇ ਸੱਟ ਤੇ ਲੱਗੇਗੀ ਹੁਣ ਜੋ ਗੁਰੂ ਹੈ ਨਾ ਗੁਰਮਖੋ ਗੁਰੂ ਗਿਆਨ ਹੈ ਗੁਰੂ ਪ੍ਰਕਾਸ਼ ਹੈ ਗੁਰ ਗਿਆਨ ਦ੍ਰਿੜਾਇਆ ਜਦੋਂ ਗੁਰੂ ਨੇ ਗਿਆਨ ਦ੍ਰਿੜ ਕਰਵਾਇਆ ਨਾ ਸੋਝੀ ਦਿੱਤੀ ਨਾ ਅਕਲ ਦਿੱਤੀ ਜੇ ਸੋ ਚੰਦਾ ਉਗਵੈ ਸੂਰਜ ਚੜ੍ਹੇ ਹਜ਼ਾਰ ਇਤੇ ਚਾਨਨ ਹੁੰਦਿਆ ਗੁਰ ਬਿਨ ਖੋਰ ਅੰਧਾਰ ਗੁਰੂ ਬਿਨਾ ਕੋ ਪਹਨੇਰਾ ਤੇ ਪਾਤਸ਼ਾਹ ਕਹਿਣ ਲੱਗੇ ਉਸ ਵੇਲੇ ਫਿਰ ਦੁਰਤ ਗਿਆ ਇਹ ਜਿਹੜੇ ਵੱਡੇ ਪਾਪ ਸਨ ਨਾ ਦੁੱਖ ਦੇਣ ਵਾਲੇ ਇਹ ਸਾਰੇ ਪਾਪ ਨਾਸ ਹੋ ਜਾਂਦੇ ਭੱਜ ਜਾਂਦੇ ਹਨ ਰਹਾਓ ਸਾਜ ਧਰਮ ਕੀ ਕਰ ਦਿਨਿਵਾਰ ਕੋ ਜਵੇਂ ਕੋਈ ਖੇਤ ਕਿਸਾਨ ਬੀਜਦਾ ਹੈ ਨਾ ਤੇ ਖੇਤ ਨੂੰ ਆਵਾਰਾ ਜਾਨਵਰ ਨਾ ਖਾ ਜਾਣ ਤੇ ਚਾਰ ਚਫਰੇ ਵਾਰਡ ਕੀਤੀ ਜਾਂਦੀ ਹੈ ਵੀ ਫਸਲ ਜਿਹੜੀ ਹੈ ਪੱਕ ਕੇ ਮੇਰੇ ਘਰ ਤੱਕ ਆਵੇ ਇਸ ਨੂੰ ਆਵਾਰਾ ਪਸ਼ੂ ਨਾ ਖਾ ਜਾਣ ਤੇ ਪਾਤਸ਼ਾਹ ਕਹਿਣ ਲਗੇ ਸਾਚ ਧਰਮ ਕੀ ਕੀਂਦੀਨੀ ਵਾਰ ਇਹ ਜਿਹੜਾ ਧਰਮ ਨੂੰ ਅਪਣਾਉਣਾ ਹੈ ਨਾ ਇਹ ਵਾਰਡ ਕੀਤੀ ਹੈ ਸਾਡੇ ਸਰੀਰ ਦੇ ਦਵਾਲੇ ਕਹਿ ਲਈਏ ਜਾਂ ਸਾਡੇ ਸ਼ੁਭ ਗੁਣਾਂ ਦੇ ਦਵਾਲੇ ਤਾਤੀ ਵਾਉ ਨ ਲੱਗੇ ਪਾਰ ਬ੍ਰਹਮ ਸਰਣਾਈ ਚੋ ਗਿਰਦ ਹਮਾਰੇ ਰਾਮਕਾਰ ਦੁਖ ਲੱਗੇ ਨਾ ਪਾਈ ਸੋ ਇਹ ਜਿਹੜੇ ਪੰਜ ਅਸੀਂ ਸਰੀਰ ਤੇ ਕਕਾਰ ਧਾਰਨ ਕੀਤੇ ਨੇ ਤੇ ਪੰਜ ਬਾਣੀਆਂ ਦਾ ਨਿਤਨੇਮ ਕੋਲ ਹੈ ਇਹ ਸਾਡੇ ਦਿਵਾਲੇ ਸਾਡੇ ਗੁਰੂ ਨੇ ਇੱਕ ਰੇਖਾ ਇੱਕ ਵਾਰਡ ਕਰ ਦਿੱਤੀ ਹੈ ਵੀ ਇਹਨਾਂ ਦੇ ਵਿੱਚ ਆ ਕੇ ਤੈਨੂੰ ਇਹ ਜਿਹੜੇ ਆਵਾਰਾ ਜਾਨਵਰ ਨੇ ਨਾ ਕਾਮ ਕ੍ਰੋਧੇ ਖਾ ਨਹੀਂ ਸਕਣਗੇ ਬਰਬਾਦ ਨਹੀਂ ਕਰ ਸਕਣਗੇ ਪਾਤਸ਼ਾਹ ਕਹਿਣ ਲੱਗੇ ਸਾਚ ਧਰਮ ਕੀ ਕਰਦੀਨੀ ਵਾਰ ਇਹ ਮਹਾਰਾਜ ਨੇ ਸੱਚਾ ਧਰਮ ਜਿਹੜਾ ਤੂੰ ਅਪਣਾਇਆ ਹੈ ਨਾ ਸੱਚੇ ਦਿਲੋਂ ਧਰਮ ਦੇ ਵਿੱਚ ਲੱਗਾ ਇੱਕ ਤੇ ਹੁੰਦਾ ਨਾ ਵਿਖਾਵਾ ਵੀ ਬਾਹਰੋਂ ਵੱਡੇ ਵੱਡੇ ਕੱਪੜੇ ਪਾ ਲੈਣੇ ਵੀ ਮੈਂ بڑا ਗੁਰੂ ਦਾ ਸੇਖ ਹਾਂ ਪਰ ਅੰਦਰ ਕਪਟ ਹੁੰਦਾ ਹੈ ਅੰਦਰ ਛਲ ਹੁੰਦਾ ਹੈ ਉਹਨੂੰ ਸੱਚਾ ਧਰਮੀ ਨਹੀਂ ਕਿਹਾ ਜਾਂਦਾ ਅੱਜ ਕੱਲ ਦੁਕਾਨਦਾਰ ਵਪਾਰੀ ਜਿਹੜੇ ਨੇ ਧਰਮ ਦਾ ਮਖੌਟਾ ਪਾ ਕੇ ਧਰਮ ਦੀ ਗੱਲ ਕਰਨਗੇ ਮੈਂ بڑا ਧਰਮੀ ਆ ਮੈਂ ਨਿਤਨੇਮੀ ਆ ਮੈਂ ਗੁਰੂ ਵਾਲਾ ਹਾਂ ਤੇ ਮੈਂ ਇਹ ਤੁਹਾਡੇ ਨਾਲ ਧੋਖਾ ਨਹੀਂ ਕਰਾਂਗਾ ਬਲਕਿ ਹੋ ਧੋਖਾ ਰਿਹਾ ਕੇਵਲ ਧਰਮ ਦਾ ਆਸਰਾ ਲੈ ਰਿਹਾ ਹੈ ਉਸ ਨੂੰ ਸੱਚਾ ਧਰਮੀ ਨਹੀਂ ਕਿਹਾ ਜਾਏਗਾ ਉਸ ਨੂੰ ਧਰਮ ਦੇ ਨਾਂ ਤੇ ਠੱਗੀ ਮਾਰਨ ਵਾਲਾ ਕਿਹਾ ਜਾਏਗਾ ਸਤਗੁਰੂ ਪਾਤਸ਼ਾਹ ਇੱਥੇ ਉਹਨਾਂ ਦਾ ਬਚਨ ਨਹੀਂ ਕਰ ਰਿਹਾ ਜਿਨ੍ਹਾਂ ਦੇ ਕੋਲ ਵਿਖਾਵਾ ਹੈ ਮਹਾਰਾਜ ਕਹਿੰਦੇ ਸਾਚ ਧਰਮ ਕੀ ਜਿਨ੍ਹਾਂ ਨੇ ਵਾਕਿਆ ਹੀ ਅੰਦਰੋਂ ਧਰਮ ਕਮਾਇਆ ਹੈ ਜਿਹੜੇ ਸੱਚਮੁੱਚ ਧਰਮ ਦੇ ਨਾਲ ਜੁੜੇ ਨੇ ਕਰਦੀਨੀ ਵਾਰ ਇਹ ਗੁਰੂ ਨੇ ਵਾਰਡ ਕੀਤੀ ਹੈ ਜਿਹੜਾ ਸੱਚੇ ਮਨੋ ਸੱਚੇ ਦਿਲੋਂ ਧਰਮ ਦੇ ਨਾਲ ਤੂੰ ਜੁੜਿਆ ਹੈ ਫਰ ਹੈ ਮੁਹਕਮ ਗੁਰ ਗਿਆਨ ਵਿਚਾਰ ਗਿਆਨ ਦੀ ਵਿਚਾਰ ਕਰਨੀ ਇਹ ਤੇਰੇ ਵਾਸਤੇ ਫਰਹਾ ਹੈ ਜਦੋਂ ਖੇਤ ਦੇ ਚਾਰਚ ਫੇਰੇ ਵਾਰਡ ਕੀਤੀ ਜਾਵੇ ਨਾ ਤੇ ਕਿਸਾਨ ਜਿਹੜਾ ਹੈ ਹੁਣ ਆਪ ਤੇ ਖੇਤ ਵਿੱਚ ਜਾਵੇਗਾ ਨਾ ਤੇ ਇਸ ਕਰਕੇ ਉਹਨੇ ਵਾਰਡ ਦੇ ਵਿੱਚੋਂ ਇੱਕ ਜਗ੍ਹਾ ਰੱਖੀ ਹੈ ਵੀ ਇੱਥੋਂ ਮੈਂ ਇਸ ਖੇਤ ਦੇ ਅੰਦਰ ਜਾਣਾ ਹੈ ਤੇ ਇਥੋਂ ਮੈਂ ਖੇਤ ਦੇ ਬਾਹਰ ਆਉਣਾ ਹੈ ਉਹਨੂੰ ਫਰਹਾ ਕਿਹਾ ਦਿੰਦਾ ਹਜੇ ਆਪਾਂ ਕਹਿ ਦਈਏ ਵੀ ਛੋਟਾ ਇੱਕ ਦਰਵਾਜ਼ਾ ਰੱਖਿਆ ਕਿਸਾਨ ਨੇ ਅੰਦਰ ਬਾਹਰ ਜਾਣ ਵਾਸਤੇ ਬਾਕੀ ਜਾਨਵਰ ਨਹੀਂ ਜਾ ਸਕਦੇ ਉਹ ਮਾਲਕ ਆਪ ਜਾਂਦਾ ਹੈ ਤੇ ਖੇਤ ਦਾ ਪਹਿਰਾ ਲਾ ਕੇ ਤੇ ਵਾਪਸ ਆ ਜਾਂਦਾ ਹੈ ਸਤਿਗੁਰੂ ਪਾਤਸ਼ਾਹ ਕਹਿੰਦੇ ਉਹਨੂੰ ਕਿਹਾ ਜਾਂਦਾ ਫਰਹਾ ਮਹਾਰਾਜ ਕਹਿਣ ਲੱਗੇ ਗੁਰ ਗਿਆਨ ਵਿਚਾਰ ਜਦੋਂ ਗੁਰੂ ਦੇ ਗਿਆਨ ਦੀ ਵਿਚਾਰ ਕੀਤੀ ਨਾ ਤੇ ਮੋਹ ਕਮ ਤੋਂ ਭਾਵ ਹੁੰਦਾ ਵੀ ਫਿਰ ਮੋਹ ਕੰਮ ਹੋ ਗਿਆ ਮੋਹ ਘਟ ਗਿਆ ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿਹੜੇ ਘਟ ਗਏ ਨੇ ਇਹ ਫਰਹਾ ਇਹ ਦਰਵਾਜਾ ਸਤਿਗੁਰਾਂ ਨੇ ਤੈਨੂੰ ਬਖਸ਼ਿਆ ਹੈ ਨਾਮ ਖੇਤੀ ਬੀਜੋ ਮੇਰੇ ਭਾਈ ਕਰ ਦਿਆ ਮੇਰੇ ਭਾਈ ਮੇਰੇ ਮਿੱਤਰਾਂ ਨਾਮ ਦੀ ਖੇਤੀ ਨੂੰ ਬੀਜ ਨਾਮ ਦਾ ਬੀਜ ਬੀਜਨਾ ਕਰ ਨਾਮ ਗਰੀਬੀ ਸੋ ਕਹਿਣ ਲੱਗੇ ਵੀ ਨਾਮ ਦਾ ਬੀਜ ਜਿਹੜਾ ਹੈ ਨਾ ਉਹ ਬੀਜ ਕੇ ਤੇ ਭਾਈ ਤੂੰ ਇਸ ਤਰ੍ਹਾਂ ਜਿਹੜੀ ਹੈ ਫਸਲ ਪਰਮਾਤਮਾ ਦੀ ਪ੍ਰਾਪਤੀ ਰੂਪੀ ਪ੍ਰਾਪਤ ਕਰ ਇਸ ਤਰ੍ਹਾਂ ਤੈਨੂੰ ਪ੍ਰਾਪਤ ਹੋਣਾ ਹੈ ਸੌਦਾ ਕਰੋ ਗੁਰ ਸੇਵੋ ਨੀਤਾ ਸੌਦਾ ਕੀ ਕਰਨਾ ਹੈ ਸੌਦਾ ਜਿਸ ਤਰ੍ਹਾਂ ਵਪਾਰੀ ਰੋਜ਼ ਸੌਦਾ ਚੁੱਕਦਾ ਮੰਡੀ ਦੇ ਵਿੱਚੋਂ ਤੇ ਦੁਕਾਨਾਂ ਘਰਾਂ ਵਿੱਚ ਜਾ ਕੇ ਵੇਚਦਾ ਅਗਲੇ ਦਿਨ ਫਿਰ ਸੌਦਾ ਚੁੱਕਦਾ ਮੰਡੀ ਵਿੱਚੋਂ ਫਿਰ ਦੁਕਾਨਾਂ ਤੇ ਵੇਚਦਾ ਰੋਜ਼ ਦੀ ਰੋਜ਼ ਉਸ ਦੀ ਜਿਹੜੀ ਇਨਕਮ ਹੈ ਨਾ ਵਾਧੀ ਪਈ ਹੈ ਉਸ ਦੀ ਆਮਦਨ ਵਾਧੀ ਪਈ ਹੈ ਮਹਾਰਾਜ ਕਹਿਣ ਲੱਗੇ ਤੂੰ ਵੀ ਇਸੇ ਤਰ੍ਹਾਂ ਹੀ ਕਰ ਇਹ ਨਹੀਂ ਵੀ ਇੱਕ ਦਿਨ ਗੁਰੂ ਨੂੰ ਮੱਥਾ ਟੇਕ ਲਿਆ ਜਿਵੇਂ ਕੱਲ ਸਗਰਾਂਦ ਲੰਗੀ ਐ ਤੇ ਬਹੁਤੇ ਸਰੀਰ ਕੱਲ ਆਏ ਹੋਣਗੇ ਮੱਥਾ ਟੇਕ ਲਿਆ ਚਲੋ ਜੀ ਚਲੇ ਗਿਆ ਹੁਣ ਲੋੜ ਨਹੀਂ ਐ ਹੁਣ ਵਪਾਰੀ ਇੱਕ ਦਿਨ ਹੀ ਆਵੇ ਇੱਕ ਦਿਨ ਸੌਦਾ ਇਕੱਠਾ ਕਰਕੇ ਵੇਚ ਲਵੇ ਤੇ ਮੁੜ ਕੇ 6 ਮਹੀਨੇ ਉਧਰ ਵੇਖੇ ਹੀ ਨਾ ਤੇ ਫਿਰ ਉਹ ਮਾਇਆ ਧਾਰੀ ਤੇ ਨਹੀਂ ਨਾ ਹੋਵੇਗਾ ਗਰੀਬੀ ਆਵੇਗੀ ਸੌਦਾ ਰੋਜ਼ ਕਰਨਾ ਪੈਣਾ ਵਪਾਰ ਰੋਜ਼ ਕਰਨਾ ਪੈਣਾ ਸਤਿਗੁਰੂ ਪਾਤਸ਼ਾਹ ਕਹਿੰਦੇ ਗੁਰੂ ਕਿਹਾ ਸਿੱਖਾ ਤੂੰ ਵੀ ਇੱਕ ਦਿਨ ਮੱਥਾ ਟੇਕ ਲਿਆ ਤੇ ਬਾਅਦ ਵਿੱਚ ਆਖਿਆ ਬਸ ਠੀਕ ਹੈ ਪ੍ਰਾਪਤੀ ਹੋ ਗਈ ਨਹੀਂ ਇਸ ਤਰ੍ਹਾਂ ਨਹੀਂ ਸੌਦਾ ਕਰੋ ਗੁਰਸੇਵੋ ਨੀਤ ਨਿਤਾ ਪ੍ਰਤੀ ਹਰ ਰੋਜ਼ ਗੁਰੂ ਦੀ ਸੇਵਾ ਕਰ ਹਰ ਰੋਜ਼ ਗੁਰੂ ਦੇ ਦਿਦਾਰੇ ਕਰ ਹਰ ਰੋਜ਼ ਗੁਰੂ ਦੇ ਦਰਸ਼ਨ ਕਰ ਇਹ ਸੌਦਾ ਕਰੇਗਾ ਤੇ ਤਾਂ ਗੱਲ ਬੰਨੀ ਉਹ ਰੋਜ਼ ਦਾ ਰੋਜ਼ ਕਾਰਜ ਨੂੰ ਕਰਨਾ ਕਰ ਸ਼ਾਂਤ ਸਹਿਜ ਸੁਖ ਕੇ ਸਭਾਟ ਪਾਤਸ਼ਾਹ ਜੀ ਸੌਦਾ ਤੇ ਫਿਰ ਹਟੀਆਂ ਦੇ ਵਿਗਦਾ ਹੈ ਹਟੀਆਂ ਤੋਂ ਖਰੀਦਣਾ ਪੈਂਦਾ ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਭਾਈ ਇਹ ਸ਼ਾਂਤੀ ਤੇ ਸਹਿਜ ਅਵਸਥਾ ਜਿਹੜੀ ਹੈ ਇਹ ਵੀ ਇੱਕ ਹਟੀ ਹੈ ਜਿਹੜੀ ਹੈ ਹੱਟੀ ਨਾਮ ਦੀ ਹੱਟੀ ਵਿੱਚੋਂ ਸ਼ਾਂਤੀ ਤੇ ਸਹਿਜ ਪ੍ਰਾਪਤ ਹੁੰਦਾ ਹੈ ਇਹ ਵੀ ਸਤਿਗੁਰਾਂ ਨੇ ਤੇਰੇ ਵਾਸਤੇ ਸੁਖਾਂ ਦਾ ਇੱਕ ਹੱਟ ਖੋਲਿਆ ਹੋਇਆ ਹੈ ਸਹਾਵਾ ਪਰੀ ਇਕਾਠਾਟ ਜਿਹੜੇ ਵਪਾਰੀ ਨੇ ਵਪਾਰ ਕਰਨ ਵਾਲੇ ਇਸੇ ਤਰ੍ਹਾਂ ਜਿਹੜੇ ਖਰੀਦਣ ਵਾਲੇ ਨੇ ਇੱਕ ਜਗ੍ਹਾ ਤੋਂ ਪਰੋਂ ਚੁੱਕ ਕੇ ਦੂਜੀ ਜਗ੍ਹਾ ਤੇ ਜਾ ਕੇ ਸਮਾਨ ਨੂੰ ਖਰੀਦਦੇ ਨੇ ਵੇਚਦੇ ਨੇ ਮਹਾਰਾਜ ਕਹਿੰਦੇ ਸਾਹ ਕੌਣ ਹੈ ਪ੍ਰਮਾਤਮਾ ਤੇ ਵਪਾਰੀ ਕੌਣ ਹੈ ਜਗਿਆਸੂ ਜਗਿਆਸੂ ਉਹਨੂੰ ਕਿਹਾ ਜਾਂਦਾ ਜਿਹਦੇ ਮਨ ਵਿੱਚ ਜਗਿਆਸਾ ਹੈ ਇੱਛਾ ਹੈ ਕਿ ਮੈਂ ਪ੍ਰਮਾਤਮਾ ਨੂੰ ਪ੍ਰਾਪਤ ਕਰਨਾ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਪ੍ਰਮਾਤਮਾ ਨੂੰ ਪ੍ਰਾਪਤ ਕਰਨ ਵਾਲੇ ਦੀ ਇੱਛਾ ਤੇ ਉਹੀ ਜਿਹੜਾ ਪ੍ਰਮਾਤਮਾ ਹੈ ਇਕਾ ਥਾਟ ਇੱਕੇ ਹੀ ਜਗ੍ਹਾ ਦੇ ਉੱਪਰ ਵਸੇ ਹੋਏ ਹਨ ਜੇ ਜੀਆਂ ਦਨ ਕੋ ਲਾਏ ਨਾ ਜਗਾਤ ਕੋ ਜੀਜੀਆ ਕਿਹਾ ਜਾਂਦਾ ਹੈ ਧਾਰਮਿਕ ਜਿਹੜਾ ਲਾਇਆ ਗਿਆ ਟੈਕਸ ਹੈ ਜੀਜੀਆ ਤੇ ਜਗਾਤ ਉਹ ਹੁੰਦਾ ਜਿਹੜਾ ਤੁਹਾਡੀ ਪੂੰਜੀ ਦੇ ਉੱਪਰ ਲਾਇਆ ਗਿਆ ਜਦੋਂ ਮੁਸਲਮਾਨ ਦਾ ਰਾਜ ਸੀ ਨਾ ਹਿੰਦੁਸਤਾਨ ਦੀ ਧਰਤੀ ਤੇ ਇਸਲਾਮ ਨੂੰ ਮੰਨਣ ਵਾਲੇ ਰਾਜੇ ਸਨ ਬਾਬਰ ਵਰਗੇ ਇਹ ਮਾਈਉ ਵਰਗੇ ਉਸ ਵੇਲੇ ਹਿੰਦੂ ਲੋਕਾਂ ਨੂੰ ਤੀਰਥ ਯਾਤਰਾ ਕਰਨ ਵਾਸਤੇ ਜਿਹੜਾ ਹੈ ਟੈਕਸ ਦੇਣਾ ਪੈਂਦਾ ਸੀ ਜੇ ਕਾਂਸੀ ਜਾਣਾ ਹੈ ਤਾਂ ਤਾਂ ਵੀ ਟੈਕਸ ਦੇਣਾ ਪਵੇਗਾ ਜੇ ਹਰਦਵਾਰ ਜਾਣਾ ਤਾਂ ਵੀ ਟੈਕਸ ਦੇਣਾ ਪਵੇਗਾ ਤੇ ਜਦੋਂ ਗੁਰੂ ਅਮਰਦਾਸ ਪਾਤਸ਼ਾਹ ਯਾਤਰਾ ਨੂੰ ਚੱਲੇ ਸੰਤ ਤੇ ਸੰਗਤ ਤਾਂ ਨਾਲ ਜਾਦਾ ਗਈ ਸੀ ਕਿਉਂਕਿ ਅਕਬਰ ਬਾਦਸ਼ਾਹ ਦੇ ਵੱਲੋਂ ਗੁਰੂ ਅਮਰਦਾਸ ਪਾਤਸ਼ਾਹ ਦੇ ਸਾਰੇ ਟੈਕਸ ਜਿਹੜੇ ਸਾਨੂੰ ਬੰਦ ਕੀਤੇ ਗਏ ਵੀ ਸਤਗੁਰਾਂ ਦੀ ਬਖਸ਼ਿਸ਼ ਨਾਲ ਮੈਨੂੰ ਫਤਿਹ ਪ੍ਰਾਪਤ ਹੋਈ ਹੈ ਇਹਨਾਂ ਦੇ ਕੋਲੋਂ ਟੈਕਸ ਨਾ ਲਿਆ ਜਾਵੇ ਤੇ ਜਦੋਂ ਮਹਾਰਾਜ ਚੱਲੇ ਦਰਸ਼ਨ ਕਰਨ ਵਾਸਤੇ ਬੇਅੰਤ ਸੰਗਤਾਂ ਨਾਲ ਚੱਲੀਆਂ ਵੀ ਚਲੋ ਟੈਕਸ ਤੋਂ ਬਚਾਂਗੇ ਤੇ ਦਰਸ਼ਨ ਵੀ ਕਰ ਆਵਾਂਗੇ ਗੁਰਮੁਖੋ ਫਿਰ ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀਆ ਨੇ ਇਹ ਕਿਰਪਾ ਕੀਤੀ ਹੈ ਜਿਵੇਂ ਆਪਾਂ ਆਖਦੇ ਨਾ ਵੀ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਸੀਸ ਦੇ ਕੇ Hindu ਧਰਮ ਦੀ ਰੱਖਿਆ ਕੀਤੀ ਹੈ ਇਸੇ ਤਰ੍ਹਾਂ ਗੁਰੂ ਅਮਰਦਾਸ ਪਾਤਸ਼ਾਹ ਨੇ ਵੀ ਫਿਰ ਬਾਦਸ਼ਾਹ ਅਕਬਰ ਨੂੰ ਕਹਿ ਕੇ ਆਖਿਆ ਵੀ ਧਰਮ ਤੇ ਸਾਰਿਆਂ ਨੂੰ ਪਿਆਰਾ ਹੈ ਜੇ ਮੁਸਲਮਾਨ ਧਰਮ ਦੇ ਦਰਸ਼ਨ ਕਰਦਾ ਉਹਦੇ ਕੋਲੋਂ ਪੈਸਾ ਤੂੰ ਲੈਂਦਾ ਕੋਈ ਨਹੀਂ ਜੇ ਹਿੰਦੂ ਕਰਦਾ ਆਪਣੇ ਧਰਮ ਦੇ ਦਰਸ਼ਨ ਉਹਦੇ ਕੋਲੋਂ ਪੈਸਾ ਲੈਂਦਾ ਤੇਰਾ ਨਿਆਂ ਨਹੀਂ ਅਨਿਆਂ ਹੈ ਜਾਂ ਤੇ ਫਿਰ ਮੁਸਲਮਾਨਾਂ ਦੇ ਕੋਲੋਂ ਵੀ ਪੈਸੇ ਲੈ ਮੱਕੇ ਦੇ ਜਾਣ ਦੇ ਯਾਤਰਾ ਕਰਨ ਦੇ ਤੇ ਜਾਂ ਫਿਰ ਹਿੰਦੂਆਂ ਨੂੰ ਵੀ ਛੱਡ ਕਿਉਂਕਿ ਉਹਨਾਂ ਨੂੰ ਵੀ ਆਪਣਾ ਧਰਮ ਚੰਗਾ ਹੈ ਇਹ ਬਚਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਨੇ ਆਖੇ ਸਨ ਇਹਨਾਂ ਬਚਨਾਂ ਨੂੰ ਮੰਨ ਕੇ ਫਿਰ ਅਕਬਰ ਬਾਦਸ਼ਾਹ ਨੇ ਪੂਰੇ ਹਿੰਦੁਸਤਾਨ ਦੇ ਵਿੱਚ ਇਹ ਜਿਹੜਾ ਸੀ ਨਾ ਧਾਰਮਿਕ ਟੈਕਸ ਬੰਦ ਕਰ ਦਿੱਤਾ ਸੀ ਵੀ ਜਿਹੜਾ ਮਰਦੀ ਜਿਹੜੇ ਮਰਦੀ ਧਾਰਮਿਕ ਸਥਾਨ ਦੇ ਦਰਸ਼ਨ ਕਰੇ ਮੈਂ ਉਹਦੇ ਕੋਲੋਂ ਪੈਸੇ ਨਹੀਂ ਲਵਾਵਾਂਗਾ ਇਹ ਪਰਉਪਕਾਰ ਗੁਰੂ ਅਮਰਦਾਸ ਪਾਤਸ਼ਾਹ ਨੇ ਗੁਰਮੁਖੋ ਕੀਤਾ ਹੈ ਉਨ੍ਹਾਂ ਦੀ ਬਖਸ਼ਿਸ਼ ਨਾਲ ਇਹ ਵੱਡਾ ਜਿਹੜਾ ਹੈ ਕਾਰਜ ਮਹਾਰਾਜ ਨੇ ਕਰਵਾਇਆ ਉਸ ਨੂੰ ਕਿਹਾ ਜਾਂਦਾ ਸੀ ਜੀਜੀਆ ਵੀ ਧਾਰਮਿਕ ਸਥਾਨ ਤੇ ਜਾਣਾ ਪਹਿਲਾਂ ਬਾਹਰੋਂ ਟੈਕਸ ਕਟਾਓ ਤੇ ਫਿਰ ਜਾਓਗੇ ਤੇ ਪਾਤਸ਼ਾਹ ਕਹਿਣ ਲੱਗੇ ਗੁਰਮੁਖਾ ਜੀਜੀਆ ਦਾਨ ਕੋ ਨਾ ਲੈ ਜਗਾਤ ਜਦੋਂ ਤੋਂ ਗੁਰੂ ਵਾਲਾ ਬਣ ਗਿਆ ਇਹ ਜਿਹੜੇ ਜਾਮਣੇ ਨਾ ਜਾਮਾ ਇਹ ਵੀ ਟੈਕਸ ਲੈਂਦੇ ਨੇ ਜਦੋਂ ਬੰਦੇ ਨੂੰ ਲੈ ਕੇ ਜਾਂਦੇ ਸਤਿਗੁਰਾਂ ਦਾ ਆਪਾਂ ਬਚਨ ਪੜ੍ਹਦੇ ਆਂ ਕਹਿਣ ਲੱਗੇ ਜਦੋਂ ਸਾਡੀ ਆਤਮਾ ਜਾਂਦੀ ਹੈ ਤੇ ਇਸ ਤਰ੍ਹਾਂ ਲੱਗਦਾ ਜਿਵੇਂ ਭੁੱਖ ਲੱਗੀ ਹੈ ਪਿਆਸ ਲੱਗੀ ਹੈ ਗਰਮੀ ਲੱਗੀ ਹੈ ਮੈਨੂੰ ਸੇਕ ਲੱਗਦਾ ਪਿਆ ਉਸ ਵੇਲੇ ਜਦੋਂ ਜੀਵ ਤੜਫਦਾ ਹੈ ਨਾ ਤੇ ਉਹ ਫਿਰ ਮੰਗ ਕਰਦਾ ਵੀ ਮੈਨੂੰ ਇਹਨਾਂ ਕੋਲੋਂ ਬਚਾਇਆ ਜਾਵੇ ਤੇ ਕਹਿਣ ਲੱਗੇ ਉਹ ਜਿਹੜੇ ਜਮਨੇ ਨਾ ਫਿਰ ਇਹਦੇ ਕੋਲੋਂ ਕਹਿੰਦੇ ਵੀ ਫਲਾਨੀ ਥਾਂ ਤੇ ਤੂੰ ਜਪ ਕੀਤਾ ਸੀ ਤਪ ਕੀਤਾ ਸੀ ਪੁੰਨ ਕੀਤਾ ਜਾਂ দান ਕੀਤਾ ਉਹਦਾ ਫਲ ਸਾਨੂੰ ਦੇ ਤੇ ਤਾਂ ਅਸੀਂ ਤੇਰੀ ਮਦਦ ਕਰਾਂਗੇ ਉਹ ਜਿਹੜੇ ਥੋੜੇ ਬਹੁਤੇ ਸ਼ੁਭ ਕਰਮ ਨੇ ਕੀਤੇ ਹੁੰਦੇ ਉਹ ਜਿਹੜੇ ਸ਼ੁਭ ਕਰਮ ਨੇ ਉਹ ਰਾਹ ਵਿੱਚ ਜੰਮ ਜੜੇ ਨੇ ਖੂਕੇ ਦੇ ਕੋਲੋਂ ਆਪਣੇ ਕੋਲ ਰੱਖ ਲੈਂਦੇ ਖਾਲੀ ਹੋ ਜਾਂਦਾ ਪਰ ਪਾਤਸ਼ਾਹ ਇੱਥੇ ਕਹਿਣ ਲੱਗੇ ਜੇ ਜੀਆ ਦੰਨ ਨਾ ਜੇ ਜੀਆ ਦੰਨ ਕੋ ਨਾ ਲੈ ਜਗਾਤ ਗੁਰਮੁਖਾ ਜੇ ਨਾਮ ਜਪੇਗਾ ਨਾ ਨਾਮ ਦੇ ਉੱਪਰ ਇਸ ਦੁਨੀਆ ਦੇ ਵਿੱਚ ਵੀ ਰਾਜਾ ਤੇਰੇ ਕੋਲੋਂ ਟੈਕਸ ਨਹੀਂ ਲੈ ਸਕਦਾ ਵੀ ਤੂੰ ਨਾਮ ਜਪਿਆ ਤੇ ਲਿਆ ਮੈਨੂੰ ਟੈਕਸ ਦੇ ਤੇ ਜਦੋਂ ਤੂੰ ਸਰੀਰ ਛੱਡ ਕੇ ਪਰਲੋਕ ਨੂੰ ਜਾਵੇਂਗਾ ਤੇ ਜੰਮ ਵੀ ਤੇਰੇ ਕੋਲੋਂ ਟੈਕਸ ਨਹੀਂ ਲੈ ਸਕਣਗੇ ਵੀ ਤੈਨੂੰ ਜੇ ਭੁੱਖ ਪਿਆਸ ਲੱਗੀ ਆ ਤੇ ਸਾਨੂੰ ਆਪਣਾ ਜਪਿਆ ਜਪਾਇਆ ਨਾਮ ਦੇ ਦੇ ਨਹੀਂ ਲੈ ਹੀ ਨਹੀਂ ਸਕਦੇ ਕਿਉਂਕਿ ਮਹਾਰਾਜਿਆਂ ਦਾ ਬਚਨ ਆਪਾਂ ਪੜ੍ਹਦੇ ਆ ਨਾ ਜਹਾਂ ਤ੍ਰਿਖਾ ਮਨ ਤੁਜਿਆ ਕਰ ਖੈ ਤਹ ਨਾਨਕ ਹਰ ਹਰ ਅੰਮ੍ਰਿਤ ਵਰਖੈ ਤੈਨੂੰ ਨਾਮ ਨੇ ਪਿਆਸ ਲੱਗਣ ਹੀ ਨਹੀਂ ਦੇਣੀ ਪਿਆਸ ਲੱਗੇਗੀ ਤੇ ਪਾਣੀ ਮੰਗੇਗਾ ਨਾ ਤੇ ਜਦੋਂ ਰੱਬ ਨੇ ਪਿਆਸ ਹੀ ਨਾ ਲੱਗਣ ਦਿੱਤੀ ਤੇ ਫਿਰ ਤੂੰ ਪਾਣੀ ਕੀ ਮੰਗਣਾ ਤੇ ਫਿਰ ਉਹ ਤੇਰੇ ਪੂੰਜੀ ਸੇਵ ਪਈ ਹੋਈ ਐ ਉਹਦੇ ਵਿੱਚ ਕੋਈ ਰੁਕਾਵਟ ਨਹੀਂ ਐ ਕੋਈ ਖੋ ਨਹੀਂ ਸਕਦਾ ਤੇਰੇ ਕੋਲੋਂ ਜੇ ਜੀ ਆ ਡੰਨ ਕੋ ਲਏ ਨਾ ਜਗਤ ਇਹ ਡੰਨ ਲਾ ਕੇ ਜਿਹੜੇ ਜਮਣੇ ਨਾ ਤੇਰੇ ਕੋਲੋਂ ਜੇ ਜੀ ਆ ਡੰਨ ਲਾ ਕੇ ਇਹ ਤੇਰੇ ਕੋਲੋਂ ਵਸੂਲੀ ਨਹੀਂ ਕਰ ਸਕਣਗੇ ਪਰ ਤਾਂ ਜੇ ਤੂੰ ਨਾਮ ਜਪਿਆ ਹੋਵੇਗਾ ਤਾਂ ਕਿਹਾ ਜਾਂਦਾ ਗੁਰਮਖੋ ਨਾਮ ਜਪੋ ਇਤਿਹਾਸੇ ਗੁਰੂ ਦਾ ਬਚਨ ਛੱਡ ਕੇ ਕਦੇ ਵਰਤ ਰੱਖ ਲੈਨੇ ਆ ਕਦੇ ਜਾ ਕੇ ਹੋਰ ਗੁੱਗਾ ਮੜੀ ਪੂਜਾਂ ਲੱਗ ਪੈਂਦੇ ਇਹ ਸਭ ਕੁਝ ਰਾਹ ਵਿੱਚ ਰਹਿ ਜਾਣਾ ਨਾਲ ਕੁਝ ਨਹੀਂ ਜਾਣਾ ਤਾਂ ਸਤਗੁਰਾਂ ਨੇ ਸਾਨੂੰ ਵੱਡੀ ਦਾਤ ਤੇ ਨਾਮ ਦੀ ਬਖਸ਼ਿਸ਼ ਕੀਤੀ ਹੈ ਸਤਗੁਰ ਕਰ ਦੇਨੀ ਧੁਰ ਕੀ ਛਾਪ ਜੇ ਜਦੋਂ ਕੋਈ ਬੰਦਾ ਜਾਂਦਾ ਹੈ ਨਾ ਮੰਨ ਲਓ ਹੁਣ ਰਾਸ਼ਟਰਪਤੀ ਜਾ ਰਿਹਾ ਤੇ ਉਹਨੂੰ ਰਸਤੇ ਵਿੱਚ ਚੁੰਗੀ ਨਹੀਂ ਕਟਾਉਣੀ ਪਵੇਗੀ ਕਿਤੇ ਟੋਲ ਟੈਕਸ ਨਹੀਂ ਦੇਣਾ ਪਵੇਗਾ ਇਸੇ ਤਰ੍ਹਾਂ ਜਦੋਂ ਕੋਈ ਵਿਅਕਤੀ ਜਾਂਦਾ ਜੇ ਕਿਸੇ ਬੰਦੇ ਦੇ ਵੱਲੋਂ ਰਾਜੇ ਦੇ ਵੱਲੋਂ ਪਰਚੀ ਲਖਵਾ ਲਵੇ ਜਾਂ ਆਪਣਾ ਕੋਈ ਸਰਟੀਫਿਕੇਟ ਬਣਾ ਲਵੇ ਤੇ ਉਹਦਾ ਫਿਰ ਟੈਕਸ ਮਾਫ ਹੋ ਜਾਂਦਾ ਕਿਉਂਕਿ ਸਰਕਾਰ ਨੇ ਆਪ ਉਹਨੂੰ ਮਾਫੀ ਦੇ ਦਿੱਤੀ ਹੈ ਫਿਰ ਉਸਨੂੰ ਟੈਕਸ ਕੋਈ ਨਹੀਂ ਦੇਣਾ ਪੈਂਦਾ ਇਸੇ ਤਰ੍ਹਾਂ ਗੁਰੂ ਪਾਤਸ਼ਾਹ ਕਹਿਣ ਲੱਗੇ ਸਤਗੁਰ ਕਰਦੀਨੀ ਧੁਰ ਕੀ ਸ਼ਾਪ ਸ਼ਾਪ ਨਾਮ ਮੋਹਰ ਦਾ ਜਦੋਂ ਇਥੋਂ ਗੁਰੂ ਨੇ ਮੋਹਰ ਲਾ ਦਿੱਤੀ ਨਾ ਵੀ ਇਹ ਸਿੱਖ ਮੇਰਾ ਹੈ ਤੇ ਪਾਤਸ਼ਾਹ ਕਹਿਣ ਲੱਗੇ ਜਿਨੂੰ ਗੁਰੂ ਦੇ ਸਿੱਖ ਨੂੰ ਮੋਹਰ ਮਿਲ ਗਈ ਨਾ ਗੁਰੂ ਦੀ ਉਹਨੂੰ ਫਿਰ ਕਹਿੰਦੇ ਜਮ ਜਮ ਜਿਹੜੇ ਰਸਤੇ ਵਿੱਚ ਡੰਡ ਨਹੀਂ ਲਾ ਸਕਣਗੇ ਤੇ ਗੁਰੂ ਕੀ ਮੋਹਰ ਕੀ ਹੈ ਆਪਾਂ ਕਈ ਵਾਰ ਸੁਣਦੇ ਆ ਗੁਰੂ ਕੀ ਮੋਹਰ ਗੁਰੂ ਕੇ ਕੇਸ ਹਨ ਜਿਨ੍ਹਾਂ ਦੇ ਕੋਲ ਇਹ ਕੇਸਾਂ ਵਾਲੀ ਮੋਹਰ ਹੈ ਨਾ ਜਿਨੇ ਕੇਸ ਰੱਖੇ ਹੋਏ ਨੇ ਉਹਨੂੰ ਗੁਰੂ ਦੀ ਮੋਹਰ ਗੁਰੂ ਦਾ ਇਹ ਬਖਸ਼ਿਸ਼ ਪ੍ਰਾਪਤ ਹੈ ਉਹਨੂੰ ਡੰਡ ਨਹੀਂ ਲੱਗੇਗਾ ਰਸਤੇ ਦੇ ਵਿੱਚ ਜਮ ਜਿਹੜੇ ਨੇ ਉਹਨੂੰ ਛੱਡ ਕੇ ਭੱਜ ਜਾਣਗੇ ਦੂਰ ਹੋ ਜਾਣਗੇ ਵੀ ਇਹ ਗੁਰੂ ਦਾ ਸਿੱਖ ਜਾ ਰਿਹਾ ਇਹ ਨਿਸ਼ਾਨੀ ਹੈ ਗੁਰੂ ਕੇ ਸਿੱਖ ਦੀ ਤੇ ਜੇ ਅਸੀਂ ਆਪਣੀਆਂ ਅੱਖਾਂ ਦੇ ਵਾਲ ਕਟਾਏ ਹੋਣਗੇ ਪਰਵਟਿਆਂ ਦੇ ਕਟਾਏ ਹੋਣਗੇ ਲੱਤਾਂ ਬਾਹਾਂ ਦੇ ਕਟਾਏ ਹੋਣਗੇ ਤੇ ਫਿਰ ਅਸੀਂ ਗੁਰੂ ਵਾਲੇ ਕੋਈ ਨਹੀਂ ਰਹਿ ਗਏ ਤੇ ਫਿਰ ਸਾਨੂੰ ਡੰਡ ਲੱਗਣੀ ਹੈ ਫਿਰ ਸਾਨੂੰ ਸਜ਼ਾ ਮਿਲਣੀ ਹੈ ਜਮਾਂ ਦੀ ਮਾਰ ਵੀ ਪੈਣੀ ਹੈ ਬਾਦਸ਼ਾਹ ਕਹਿਣ ਲੱਗੇ ਸਤਗੁਰ ਕਰ ਦੇਨੀ ਧੁਰ ਕੀ ਸ਼ਾਪ ਜਦੋਂ ਗੁਰੂ ਨੇ ਤੇਰੇ ਤੇ ਵੇਖ ਲਿਆ ਨਾ ਵੀ ਇਹ ਮੇਰਾ ਸਿੱਖ ਹੈ ਇਦੇ ਕੋਲ ਕੇਸਾਂ ਦੀ ਜਿਹੜੀ ਛਾਪ ਮੋਹਰ ਮੇਰੀ ਹੈ ਤੇ ਫਿਰ ਸਤਿਗੁਰੂ ਪਾਤਸ਼ਾਹ ਜੀ ਐਸਾ ਨਵਾਜਦੇ ਨੇ ਫਿਰ ਰਸਤੇ ਵਿੱਚ ਕੋਈ ਵੀ ਜਾਮ ਉਹ ਸਿੱਖ ਨੂੰ ਤੰਗ ਨਹੀਂ ਕਰਦਾ ਹੈ ਵੱਖਰ ਨਾਮ ਲੱਦ ਖੇਪ ਚਲਾਵੋ ਆਹੀ ਇਹ ਨਾਮ ਦਾ ਵੱਖਰ ਨਾਮ ਦਾ ਸੌਦਾ ਕਰ ਨਾਮ ਦਾ ਸੌਦਾ ਕਰਕੇ ਖੇਪ ਚਲਾਓ ਇਹ ਭਰੀ ਭرائی ਜਿਹੜੀ ਆਪਣੀ ਨਾਮ ਰੂਪੀ ਵਸਤੂ ਐ ਨਾ ਉਸ ਨੂੰ ਲੈ ਕੇ ਚੱਲ ਜਿਵੇਂ ਇੱਕ ਵਪਾਰੀ ਇੱਕ ਵੱਡੀ ਪੰਡ ਬੰਨਦਾ ਸੌਦੇ ਦੇ ਵੱਡੀ ਪੰਡ ਬੰਨ ਕੇ ਉਹਨੂੰ ਖੋਤੇ ਤੇ ਲਾਦਾ ਖੱਤਰ ਤੇ ਲਾਦਾ ਗੱਡੇ ਤੇ ਲਾਦਾ ਤੇ ਲੈ ਕੇ ਤੁਰ ਜਾਂਦਾ ਹੈ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਭਾਈ ਗੁਰੂ ਕਿਹਾ ਸਿੱਖਾ ਇਸ ਮਨੁੱਖਾ ਜਨਮ ਦੇ ਵਿੱਚ ਤੂੰ ਵੀ ਨਾਮ ਦੀ ਪੰਡ ਬੰਨ ਕੇ ਤੇ ਇਸ ਨੂੰ ਲੈ ਕੇ ਚੱਲ ਤੇ ਕਿਵੇਂ ਚੱਲੇਗਾ ਇਹ ਮਨੁੱਖਾ ਸਰੀਰ ਹੀ ਤੇਰੇ ਵਾਸਤੇ ਪੰਡ ਹੈ ਮਨੁੱਖਾ ਸਰੀਰ ਦੇ ਵਿੱਚ ਜਿਹੜਾ ਨਾਮ ਜਪਣਾ ਵਾਹਿਗੁਰੂ ਮੰਤਰ ਦਾ ਚਿੰਤਨ ਕਰਨਾ ਜਾਂ ਇਸੇ ਤਰ੍ਹਾਂ ਮੂਲ ਮੰਤਰ ਦਾ ਜਾਪ ਕਰਨਾ ਜਪਜੀ ਸਾਹਿਬ ਦਾ ਪਾਠ ਕਰਨਾ ਇਹ ਜਿਹੜੀ ਬੰਦਗੀ ਕਰਨੀ ਹੈ ਭਾਈ ਇਹ ਸਰੀਰ ਨੂੰ ਰੱਬ ਵਾਲੇ ਪਾਸੇ ਲੈ ਕੇ ਜਾਣ ਵਾਲੀ ਗੱਲ ਹੈ ਜੇ ਅਸੀਂ ਹੌਲੀ-ਹੌਲੀ ਦਰਵਾਜ਼ੇ ਨੂੰ ਜਾਵਾਂਗੇ ਤਾਂ ਦਰਵਾਜ਼ੇ ਤੇ ਪਹੁੰਚਾਂਗੇ ਜੇ ਬੈਠੇ ਰਹੇ ਤੇ ਦਰਵਾਜ਼ੇ ਕੋਲ ਨਹੀਂ ਜਾ ਸਕਦੇ ਇਸੇ ਤਰ੍ਹਾਂ ਇਹ ਮਨੁੱਖਾ ਜਨਮ ਹੈ ਜੇ ਨਾਮ ਜਪਾਂਗੇ ਤੇ ਮੁਕਤੀ ਦੇ ਦਰਵਾਜ਼ੇ ਦੇ ਨੇੜੇ ਹੋ ਰਹੇ ਆ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਕਿ ਨੇੜਾ ਹੈ ਕਿ ਦੂਰ ਕਈਆਂ ਨੂੰ ਮੁਕਤੀ ਦਾ ਦਰਵਾਜ਼ਾ ਬੜਾ ਨੇੜੇ ਕਈਆਂ ਨੂੰ ਦੂਰ ਹੈ ਨੇੜੇ ਉਹਨਾਂ ਨੂੰ ਹੈ ਜਿਹੜੇ ਮੁਕਤੀ ਵਾਲੇ ਪਾਸੇ ਨੂੰ ਚੱਲੇ ਕਿਉਂਕਿ ਉਹ ਤੇ ਦਰਵਾਜ਼ਾ ਉੱਥੇ ਹੀ ਹੈ ਆਪਾਂ ਹੁਣ ਦਰਬਾਰ ਦੇ ਵਿੱਚ ਬੈਠੇ ਆ ਦਰਵਾਜ਼ਾ ਲੱਗਾ ਹੋਇਆ ਕਈ ਦਰਵਾਜ਼ੇ ਦੇ ਨੇੜੇ ਕਈ ਦਰਵਾਜ਼ੇ ਤੋਂ ਦੂਰ ਨੇ ਦਰਵਾਜ਼ਾ ਆਪਣੀ ਜਗ੍ਹਾ ਤੇ ਹੀ ਹੈ ਅਸੀਂ ਉਹਦੇ ਤੋਂ ਨੇੜੇ ਜਾਂ ਦੂਰ ਆ ਜਿਹੜੇ ਉਹਦੇ ਵੱਲ ਨੂੰ ਚੱਲਣਗੇ ਏਕ-ਏਕ ਕਦਮ ਉਹ ਨੇੜੇ ਪਹੁੰਚ ਜਾਣਗੇ ਜਿਹੜੇ ਉਹਦੇ ਤੋਂ ਪਿੱਛੇ ਹਟ ਜਾਣਗੇ ਉਹ ਦੂਰ ਹੋ ਜਾਣਗੇ ਇਸੇ ਤਰ੍ਹਾਂ ਗੁਰਮੁਖੋਂ ਮੁਕਤੀ ਦੇ ਦਰਵਾਜ਼ੇ ਦੇ ਨੇੜੇ ਸਾਨੂੰ ਜਾਣਾ ਪੈਣਾ ਹੈ ਜਿਹੜੇ ਚੱਲੇ ਨੇ ਉਹ ਕਹਿੰਦੇ ਮੁਕਤ ਹੋ ਜਾਂਦੇ ਨੇ ਜਿਹੜੇ ਨਹੀਂ ਚੱਲੇ ਉਹ ਮੁਕਤੀ ਦੇ ਦਰਵਾਜ਼ੇ ਤੋਂ ਦੂਰ ਰਹਿੰਦੇ ਹਨ ਲੈ ਲਾਹ ਗੁਰਮੁਖ ਘਰ ਆਵੋ ਜਿਹੜੇ ਗੁਰਮੁਖ ਨੇ ਨਾ ਉਹ ਨਾਮ ਰੂਪੀ ਲਾਹ ਲੈ ਕੇ ਸਰੂਪ ਰੂਪੀ ਘਰ ਵਿੱਚ ਆ ਜਾਂਦੇ ਨਾਮ ਦਾ ਲਾਹ ਜਿਨ੍ਹਾਂ ਨੇ ਨਾਮ ਜਪਿਆ ਹੈ ਸਤਗੁਰ ਸਾਹੋ ਸਿੱਖ ਵੰਜਾਰੇ ਤੇ ਭਾਈ ਸ਼ਾਹੂਕਾਰ ਹੈ ਤੇ ਗੁਰੂ ਕੇ ਸਿੱਖ ਨੇ ਵੰਜਾਰੇ ਵਪਾਰ ਕਰਨ ਵਾਲੇ ਜਿਵੇਂ ਇੱਕ ਵਪਾਰੀ ਵਪਾਰ ਕਰਦਾ ਹੈ ਗੁਰੂ ਕੇ ਸਿੱਖ ਨਾਮ ਦਾ ਵਪਾਰ ਕਰਦੇ ਨੇ ਸੋ ਐਸੇ ਗੁਰੂ ਕੇ ਸਿੱਖ ਹਨ ਹਰ ਕੇ ਨਾਮ ਕੇ ਵਪਾਰੀ ਹੀਰਾ ਹਾਥ ਚੜਿਆ ਨਿਰਬੂਲਕ ਛੂਟ ਗਈ ਸੰਸਾਰੀ ਐਸੇ ਗੁਰਮੁਖ ਬਣੇ ਹਾਨਾ ਪੂੰਜੀ ਨਾਮ ਲੇਖਾ ਸਾਜ ਸਮਾਰੇ ਕਹ ਲਗੇ ਨਾਮ ਰੂਪੀ ਪੂੰਜੀ ਇਕੱਠੀ ਕਰ ਤੇ ਇਹ ਜਿਹੜਾ ਤੇਰਾ ਲੇਖਾ ਜੋਖਾ ਹੈ ਨਾ ਲੇਖੇ ਵਿੱਚ ਪਿਆ ਹੋਇਆ ਅੱਜ ਮੈਂ ਆ ਚੰਗਾ ਕੰਮ ਕੀਤਾ ਅੱਜ ਮੈਂ ਆ ਚੰਗਾ ਕੰਮ ਕੀਤਾ ਪਾਤਸ਼ਾਹ ਕਹਿਣ ਲੱਗੇ ਇਹ ਗਿਣਤੀ ਮਿੰਤੀ ਛੱਡ ਤੇ ਪੂੰਜੀ ਨਾਮ ਲੇਖਾ ਨਾਮ ਦੀ ਪੂੰਜੀ ਨੂੰ ਆਪਣੇ ਲੇਖਾਂ ਵਿੱਚ ਲੈ ਕੇ ਆ ਆਪਣੇ ਕਰਮਾਂ ਵਿੱਚ ਲੈ ਕੇ ਆ ਸਾਚ ਸੁਮਾਰੇ ਸੱਚੇ ਨਾਮ ਨੂੰ ਗੁਰੂ ਕਿਆ ਸਿੱਖਾ ਯਾਦ ਕਰ ਪੜਨਾ ਕਰ ਸੋ ਵਸੇ ਤਕਰ ਜਿਸ ਗੁਰਪੁਰਾ ਸੇਵ ਜਿਨ੍ਹਾਂ ਨੇ ਪੂਰੇ ਗੁਰੂ ਦੀ ਸੇਵਾ ਕੀਤੀ ਹੈ ਨਾ ਉਹ ਸਰੂਪ ਰੂਪੀ ਘਰ ਵਿੱਚ ਵਸਦੇ ਹਨ ਅਬਚਲ ਨਗਰੀ ਨਾਨਕ ਦੇਵ ਨਾਨਕ ਦੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਜਿਹੜੀ ਨਗਰੀ ਤੇਰਾ ਸਰੀਰ ਹੈ ਨਾ ਇਹਦੇ ਵਿੱਚ ਬੈਠ ਕੇ ਨਾਮ ਜਪੇਗਾ ਤੇ ਅਬਚਲ ਦੇਵ ਜਿਹੜਾ ਦੇਵ ਪ੍ਰਕਾਸ਼ ਰੂਪ ਪਰਮਾਤਮਾ ਅਬਚਲ ਨਾਸ ਤੋਂ ਰਹਿਤ ਹੈ ਉਹ ਤੈਨੂੰ ਇਸੇ ਮਨੁੱਖਾ ਸਰੀਰ ਵਿੱਚ ਪ੍ਰਾਪਤ ਹੋਵੇਗਾ ਜਦੋਂ ਤੂੰ ਨਾਮ ਦੀ ਕਮਾਈ ਕਰਦਾ ਹੈ ਅਸਾਵਰੀ ਮਾਲਾ ਪੰਜਵਾ ਘਰਤੀ ਜਾ ਇਕ ਓੰਕਾਰ ਸਤਗੁਰ ਪ੍ਰਸਾਦ ਸਾਬਰੀ ਰਾਗ ਹੈ ਅੰਮ੍ਰਿਤ ਵੇਲੇ ਗਾਇਆ ਜਾਣ ਵਾਲਾ ਪੰਜਵੇਂ ਪਾਦਸ਼ਾਹ ਦਾ ਸ਼ਬਦ ਮਹਾਰਾਜ ਬਖਸ਼ਿਸ਼ ਕਰਦੇ ਨੇ ਤੀਜੇ ਘਰ ਦੇ ਅੰਦਰ ਗਾਉਣ ਦਾ ਹੁਕਮ ਹੈ ਮੰਗਲਾ ਚਰਨ ਕਰਦੇ ਨੇ ਪਰਮਾਤਮਾ ਇੱਕ ਹੈ ਗੁਰੂ ਕਿਰਪਾ ਨਾਲ ਉਸ ਦੀ ਪ੍ਰਾਪਤੀ ਹੁੰਦੀ ਹੈ ਮੇਰੇ ਮਨ ਹਰਿ ਸਿਓ ਲਾਗੀ ਪ੍ਰੀਤ ਸੁਜਨਾ ਗੁਰਮੁਖਾਂ ਦੀ ਮੇਰੇ ਮਨ ਐ ਮੇਰੇ ਭਾਈ ਜਿਨ੍ਹਾਂ ਦੀ ਗੁਰੂ ਦੇ ਨਾਲ ਪ੍ਰੀਤੀ ਲੱਗੀ ਹੈ ਜਾਂ ਜਿਨ੍ਹਾਂ ਦੀ ਪਰਮੇਸ਼ਰ ਨਾਲ ਪ੍ਰੀਤੀ ਲੱਗੀ ਹੈ ਪ੍ਰੇਮ ਬਣਿਆ ਜਿਹੜੇ ਐਸੇ ਗੁਰਮੁਖ ਬਣੇ ਨੇ ਜਿਹੜੇ ਐਸੇ ਪ੍ਰੇਮ ਨੂੰ ਪਾਉਂਦੇ ਹਨ ਹਰ ਹਰ ਜਪਤ ਨਿਰਮਲ ਸਾਚੀ ਰੀਤ ਗੁਰਮੁਖ ਨੇ ਨਾ ਹਰ ਹਰ ਜਪਤ ਹਰੀ ਹਰ ਪਰਮੇਸ਼ਰ ਦੇ ਨਾਮ ਨੂੰ ਜਪਦੇ ਨੇ ਕਿਉਂਕਿ ਉਹ ਪ੍ਰਮਾਤਮਾ ਨਿਰਮਲ ਪਵਿੱਤਰ ਹੈ ਸਾਚੀ ਰੀਤ ਉਹ ਜਪਣ ਵਾਲੇ ਵੀ ਪਵਿੱਤਰ ਹੋ ਜਾਂਦੇ ਜਿਨ੍ਹਾਂ ਨੇ ਨਾਮ ਜਪਿਆ ਨਾਮ ਪਵਿੱਤਰ ਹੈ ਜਪਣ ਵਾਲੇ ਵੀ ਪਵਿੱਤਰ ਹੋ ਜਾਂਦੇ ਹਨ ਰਹਾਓ ਦਰਸ਼ਨ ਕੀ ਪਿਆਸ ਘਣੀ ਚਿਤਵਤ ਅਨਕ ਪ੍ਰਕਾਰ ਦਰਸ਼ਨਾਂ ਦੀ ਬਹੁਤੀ ਪਿਆਸਾ ਹੈ ਮਨ ਦੇ ਵਿੱਚ ਤੇ ਜਿਹੜੇ ਗੁਰਮੁਖ ਨੇ ਨਾ ਉਹ ਕਈ ਤਰ੍ਹਾਂ ਦੇ ਨਾਲ ਚਿਤਵਨ ਕਰਦੇ ਵੀ ਕਿਵੇਂ ਦਰਸ਼ਨ ਹੋਣ ਅਸੀਂ ਕੋਈ ਕੰਮ ਕਰਨਾ ਹੋਵੇ ਨਾ ਉਹ ਕੰਮ ਸਾਡਾ ਸਿੱਧਾ ਨਾ ਹੁੰਦਾ ਵੇ ਤੇ ਅਸੀਂ ਬੜੀਆਂ ਸਕੀਮਾਂ ਲਾਉਂਦੇ ਆ ਵੀ ਜੇ ਇਸ ਤਰ੍ਹਾਂ ਨਹੀਂ ਗੱਲ ਬੰਦੀ ਤੇ ਇਸ ਤਰ੍ਹਾਂ ਬਣਾ ਲਈਏ ਜਾਂ ਇਸ ਤਰ੍ਹਾਂ ਗੱਲ ਬਣ ਜਾਵੇ ਕੰਮ ਹੋ ਜਾਵੇ ਸਤਗੁਰੂ ਪਾਤਸ਼ਾਹ ਕਹਿੰਦੇ ਜਿਨ੍ਹਾਂ ਨੂੰ ਦਰਸ਼ਨਾਂ ਦੀ ਪਿਆਸ ਲੱਗੀ ਹੈ ਨਾ ਅਨੇਕ ਤਰ੍ਹਾਂ ਦੇ ਉਹ ਤਰੀਕੇ ਸੋਚਦੇ ਨੇ ਵੀ ਮੈਂ ਕਿਹੜਾ ਤਰੀਕਾ ਕਰਾਂ ਜਿਹਦੇ ਨਾਲ ਮੈਨੂੰ ਪ੍ਰਮਾਤਮਾ ਦੇ ਦਿਹਦਾਰੇ ਪ੍ਰਾਪਤ ਹੋਣਾ ਕਰੋ ਅਨਗੁਰ ਹੈ ਪਾਰ ਬ੍ਰਹਮ ਹਰ ਕਿਰਪਾ ਤਾਰ ਮੁਰਾਰਾ ਜੱਜ ਪਰ ਮੁਰਾਰੀ ਨੇ ਕਿਰਪਾ ਕੀਤੀ ਹੈ ਨਾ ਅਨੁਗ੍ਰਹਿ ਕਹੀਏ ਕਿਰਪਾ ਹੋਈ ਹੈ ਭਾਈ ਉਹਨਾਂ ਨੂੰ ਦਦਾਰੇ ਪ੍ਰਾਪਤ ਹੁੰਦੇ ਹਨ ਮਨ ਪਰਦੇਸੀ ਆਇਆ ਮਿਲਿਓ ਸਾਧਕਾ ਸੰਗ ਜਿੱਦਾਂ ਮਾਣੇ ਨਾ ਸਾਡਾ ਇਹ ਪਰਦੇਸੀ ਹੋਇਆ ਪਰਦੇਸੀ ਉਹਨੂੰ ਕਿਹਾ ਜਾਂਦਾ ਜਿਹੜਾ ਘਰ ਨਾ ਹੋਵੇ ਤੇ ਘਰੋਂ ਬਾਹਰ ਭੱਜਾ ਫਿਰੇ ਉਹਨੂੰ ਕਿਹਾ ਜਾਂਦਾ ਪਰਦੇਸੀ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਗੁਰਮੁਖਾ ਤੇਰਾ ਮਨ ਵੀ ਪਰਦੇਸੀ ਹੋ ਰਿਹਾ ਹੈ ਇਹ ਕਦੇ ਸ਼ਰੀਰ ਵਿੱਚ ਆ ਕੇ ਤੇਰਾ ਮਨ ਬੈਠਾ ਨਹੀਂ ਆਪਾਂ ਸੰਗਤ ਵਿੱਚ ਬੈਠੇ ਆ ਨਾ ਸਾਡਾ ਸ਼ਰੀਰ ਤੇ ਇੱਥੇ ਬੈਠਾ ਪਰ ਸ਼ਰੀਰ ਦੇ ਵਿੱਚ ਬੈਠਿਆਂ ਵੀ ਮਨ ਇੱਥੇ ਕੋਈ ਨਹੀਂ ਹੈ ਕਿਤੇ ਦਾ ਕਿਸੇ ਦਾ ਕਿਤੇ ਗਿਆ ਕਿਸੇ ਦਾ ਕਿਤੇ ਗਿਆ ਹੋਇਆ ਪਾਤਸ਼ਾਹ ਕਹਿਣ ਲੱਗੇ ਮਨ ਤੇ ਹਰ ਵੇਲੇ ਪਰਦੇਸੀ ਰਹਿੰਦਾ ਹੈ ਗੱਡੀ ਚੜਿਆ ਹੀ ਰਹਿੰਦਾ ਕਦੇ ਕਿਸੇ ਪਾਸੇ ਨੂੰ ਕਦੇ ਕਿਸੇ ਪਾਸੇ ਨੂੰ ਇਸ ਕਰਕੇ ਮਿਲਿਓ ਸਾਧਕਾਂ ਦਾ ਸੰਗ ਜਦੋਂ ਸਾਧ ਸੰਗਤ ਵਿੱਚ ਬੈਠੋਗੇ ਨਾ ਆ ਕੇ ਗੁਰੂ ਦੀ ਸੰਗਤ ਵਿੱਚ ਤੇ ਫਿਰ ਇਹ ਸੰਗਤ ਦੇ ਪ੍ਰਭਾਵ ਦੇ ਨਾਲ ਸੰਗਤ ਦੇ ਬਲ ਦੇ ਨਾਲ ਸੰਗਤ ਦੇ ਯੋਰ ਦੇ ਨਾਲ ਇਹ ਫਿਰ ਜਿਹੜਾ ਮਨ ਪਰਦੇਸੀ ਹੋ ਚੁੱਕਿਆ ਨਾ ਬਾਹਰ ਦੌੜਿਆ ਫਿਰਦਾ ਇਹ ਫਿਰ ਸ਼ਰੀਰ ਦੇ ਵਿੱਚ ਆ ਜਾਂਦਾ ਹੈ ਜਿਸ ਅਖਰ ਕੋ ਚਾਹਤਾ ਸੋ ਪਾਇਆ ਨਾ ਮੈਂ ਰੰਗ ਇਸ ਵਸਤੂ ਨੂੰ ਬੰਦਾ ਚਾਹੁੰਦਾ ਹੈ ਨਾ ਇੱਕ ਤੇ ਵਸਤੂ ਅਸੀਂ ਚਾਉਂਦੇ ਆ ਮਾਇਆ ਇਹ ਮਾਇਆ ਵਾਸਤੇ ਬੰਦਾ ਬਾਹਰ ਭੱਜਦਾ ਹੈ ਪਾਤਸ਼ਾਹ ਕਹਿੰਦੇ ਪਾਇਆ ਨਾਮ ਹੈ ਰੰਗ ਉਹ ਮਾਇਆ ਵੀ ਨਾਮ ਦੇ ਨਾਲ ਇੱਥੇ ਹੀ ਪ੍ਰਾਪਤ ਹੋ ਜਾਣੀ ਭੱਜਣ ਦੀ ਲੋੜ ਨਹੀਂ ਦੂਜੀ ਵਸਤੂ ਮਨੁੱਖ ਚਾਹੁੰਦਾ ਪ੍ਰਮਾਤਮਾ ਸਤਿਗੁਰੂ ਪਾਤਸ਼ਾਹ ਕਹਿੰਦੇ ਨਾਮ ਜਪ ਤੇ ਨਾਮ ਜਪੇਗਾ ਉਹ ਪ੍ਰਮਾਤਮਾ ਤੈਨੂੰ ਇੱਥੇ ਬੈਠਿਆਂ ਹੀ ਪ੍ਰਾਪਤ ਹੋ ਜਾਵੇਗਾ ਇਸੇ ਜਨਮ ਦੇ ਵਿੱਚ ਤੈਨੂੰ ਪ੍ਰਾਪਤ ਹੋਵੇਗਾ ਤੈਨੂੰ ਕਿਤੇ ਜਾਣ ਦੀ ਦੌੜਨ ਦੀ ਲੋੜ ਨਹੀਂ ਹੈ ਬੈਠਿਆ ਹੀ ਉਸ ਦੀ ਪ੍ਰਾਪਤੀ ਹੈ ਜੇਤੇ ਮਾਇਆ ਰੰਗ ਰਸ ਬਿੰਸ ਜਾਏ ਖਿਨ ਮਾਹੇ ਮਾਇਆ ਦੇ ਜਿੰਨੇ ਵੀ ਰੰਗ ਨੇ ਰੰਗ ਗਿਆ ਜਾਂਦਾ ਆਨੰਦ ਨੂੰ ਰੰਗ ਗਿਆ ਜਾਂਦਾ ਸਵਾਦ ਨੂੰ ਰਸ ਨੂੰ ਇਹ ਮਾਇਆ ਦੇ ਜਿੰਨੇ ਸਵਾਦ ਲੈਣਾ ਨਾ ਰਸ ਲੈਣਾ ਮਹਾਰਾਜ ਕਹਿਣ ਲਗੇ ਬਿੰਸ ਜਾਏ ਖਿਨ ਮਾਹੇ ਇਹਨੇ ਇੱਕ ਖਿੰਦੇ ਵਿੱਚ ਹੀ ਪਾਸੇ ਹੋ ਜਾਣਾ ਹੈ ਜਿਹੜਾ ਤੈਨੂੰ ਅੱਜ ਸਵਾਦ ਆਉਂਦਾ ਪਿਆ ਨਾ ਮਾਇਆ ਨੂੰ ਭੋਗਣ ਦਾ ਖਾਣ ਦਾ ਪਹਿਨਣ ਦਾ ਜੋੜਨ ਦਾ ਇੱਕ ਖਿੰਡੇ ਵਿੱਚ ਇਸ ਨੇ ਬੇਰਸ ਹੋ ਜਾਣਾ ਬੇਸਵਾਦੀ ਹੋ ਜਾਣਾ ਸਵਾਦ ਰਹਿਣਾ ਕੋਈ ਨਹੀਂ ਹੈ ਭਗਤ ਰਤੇ ਤੇਰੇ ਨਾਮ ਸਿਉ ਸੁਖ ਪੁੰਚੇ ਸਭ ਠਾਏ ਭਗਤ ਜਿਹੜੇ ਨੇ ਤੇਰੇ ਨਾਮ ਦੇ ਵਿੱਚ ਰੰਗੇ ਹੋਏ ਨੇ ਇਸ ਕਰਕੇ ਸਾਰੀਆਂ ਜਗ੍ਹਾ ਤੇ ਉਹਨਾਂ ਭਗਤਾਂ ਨੂੰ ਸੁਖ ਹੀ ਸੁਖ ਪ੍ਰਾਪਤ ਹੁੰਦੇ ਹਨ ਸਭ ਜਗ ਚਲ ਤੋਂ ਵੇਖੀਐ ਨਿਚਲ ਹਰ ਕੋ ਨਾਓ ਸਾਰੀ ਦੁਨੀਆ ਚੱਲਣ ਵਾਲੀ ਵੇਖੀ ਜਾਂਦੀ ਹੈ ਦੁਨੀਆ ਸਾਰੀ ਆਉਣ ਜਾਣ ਵਾਲੀ ਐ ਕੋਈ ਜੰਮ ਕੇ ਤੁਰਿਆ ਆਉਂਦਾ ਕੋਈ ਮਰ ਕੇ ਤੁਰਿਆ ਜਾਂਦਾ ਹਸਪੀਟਲ ਦੇ ਵਿੱਚ ਕਿੰਨੇ ਕੋਈ ਨਿਆਣੇ ਪੈਦਾ ਹੋ ਕੇ ਦੁਨੀਆ ਤੇ ਆ ਰਹੇ ਨੇ ਸ਼ਮਸ਼ਾਨ ਦੇ ਵਿੱਚ ਕਿੰਨੇ ਕੋਈ ਮਰ ਕੇ ਤੁਰੇ ਜਾਂਦੇ ਗਿਣਤੀ ਕੋਈ ਨਹੀਂ ਹੈ ਸਭ जग ਚਲਤੋ ਉਪੇਖੀ ਐ ਇਹ ਦੁਨੀਆ ਆਉਣ ਤੇ ਜਾਣ ਵਾਲੀ ਵਿਖੀ ਜਾਂਦੀ ਐ નિਹਚਲ ਹਰ ਕੋ ਨਾਓ ਇੱਕ ਰੱਬ ਦਾ ਨਾਮ ਇੱਥੇ ਰਹਿਣਾ ਉਹਦੇ ਤੋਂ ਬਿਨਾ ਨਹੀਂ ਰਹਿਣਾ ਕੋਈ ਰੱਬ ਦੇ ਨਾਮ ਤੋਂ ਬਿਨਾ ਕੋਈ ਚੀਜ਼ ਰਹਿਣ ਵਾਲੀ ਨਹੀਂ ਹੈ ਕਰ ਮਿਰਤਾਈ ਸਾਥਿਓ ਨਿਚਲ ਪਾਵੇ ਠਾਓ ਮਿਤਰਾਈ ਮਿਤਰਾਈ ਕਿਹਾ ਜਾਂਦਾ ਮਿੱਤਰਪੁਣਾ ਜੇ ਮਿੱਤਰ ਬਣਾਉਣਾ ਹੈ ਤੇ ਸਾਧੂਆਂ ਦੀ ਸੰਗਤ ਨੂੰ ਮਿੱਤਰ ਬਣਾ ਆਪਣਾ ਸਾਧੂਆਂ ਦੀ ਸੰਗਤ ਧੰ ਗੁਰੂ ਗ੍ਰੰਥ ਸਾਹਿਬ ਤੋਂ ਵੱਡਾ ਕਿਹੜਾ ਗੁਰੂ ਤੇ ਕਿਹੜਾ ਸਾਧੂ ਹੋ ਸਕਦਾ ਇਹ ਸੰਗਤ ਸਭ ਤੋਂ ਵੱਡੀ ਹੈ ਜੇ ਮਿੱਤਰ ਬਣਾਉਣਾ ਨਾ ਮਿੱਤਰ ਦਾ ਕੰਮ ਹੁੰਦਾ ਔਖੇ ਵੇਲੇ ਕੰਮ ਆਉਣਾ ਜਦੋਂ ਸੰਗਤ ਬਣਾਵੇਂਗਾ ਸੰਗਤ ਨੂੰ ਆਪਣਾ ਮਿੱਤਰ ਤੇ ਸੰਗਤ ਵਿੱਚ ਵਸਿਆ ਪ੍ਰਮਾਤਮਾ ਤੇ ਫਿਰ ਇਹ ਸੰਗਤ ਵਿੱਚ ਵਸਿਆ ਪ੍ਰਮਾਤਮਾ ਤੇਰਾ ਮਿੱਤਰ ਬਣੇਗਾ ਤੇ ਤੈਨੂੰ ਸਦਾ ਵਾਸਤੇ ਨਿਚਲ ਥਾਂ ਸੱਚਖੰਡ ਪ੍ਰਾਪਤ ਹੋਣਾ ਹੈ ਮੀਤ ਸਾਜਣ ਸੁਤ ਬੰਦ ਪਾ ਕੋ ਹੋਤ ਨਾ ਸਾਥ ਭਾਵੇਂ ਤੇਰਾ ਕੋਈ ਮਿੱਤਰ ਹੈ ਭਾਵੇਂ ਤੇਰਾ ਕੋਈ ਰਿਸ਼ਤੇਦਾਰ ਹੈ ਭਾਵੇਂ ਤੇਰਾ ਕੋਈ ਇਸੇ ਤਰ੍ਹਾਂ ਪਿਆਰਾ ਸੱਜਣ ਹੈ ਅੰਤ ਵੇਲੇ ਤੇਰੇ ਨਾਲ ਨਹੀਂ ਹੋ ਕਿਸੇ ਨੇ ਜਾਣਾ ਬڑے-ਬڑے ਮਿੱਤਰਾਂ ਦੇ ਨਾਲ ਮਿੱਤਰਾਂ ਪੱਗਾ ਮਟਾਉਣ ਵਾਲੇ ਵੇਖੇ ਪਰ ਇੱਕ ਮਿੱਤਰ ਮਰਿਆ ਤੇ ਦੂਜਾ ਦੇ ਨੀਨਾ ਨਾਲ ਮਰਿਆ بڑے-ਬڑے ਰਿਸ਼ਤੇਦਾਰ ਵੈਣ ਪਾਉਂਦੇ ਤੇ ਵੇਖੇ ਪਰ ਨਾਲ ਕੋਈ ਨਹੀਂ ਮਰਦਾ ਕਹਿੰਦੇ ਕੋਈ ਨਾਲ ਨਹੀਂ ਬੰਧਿਆ ਜਾਂਦਾ ਇਕੱਲੇ ਨੇ ਦੁਨੀਆ ਤੋਂ ਜਾਣਾ ਹੈ ਏਕ ਨੇ ਆਹੋ ਰਾਮ ਨਾਮ ਦੀਨਾ ਪ੍ਰਭ ਕਾ ਨਾਥ ਮੈਂ ਪ੍ਰਮਾਤਮਾ ਗਰੀਬਾਂ ਦਾ ਮਾਲਕ ਹੈ ਨਾ ਅਨਾਥ ਜਤੀਮਾਂ ਨੂੰ ਜਿਨੇ ਆਸਰਾ ਦਿੱਤਾ ਭਾਈ ਉਹਦੇ ਰਾਮ ਦੇ ਨਾਮ ਨੂੰ ਸੰਭਾਲਨਾ ਕਰ ਉਹ ਤੇਰੀ ਲੋਕ ਪਰਲੋਕ ਵਿੱਚ ਰੱਖਿਆ ਕਰਦਾ ਹੈ ਚਰਨ ਕਮਲ ਬਹੁਤ ਭੈ ਲਗ ਸਾਗਰ ਤਰਿਓ ਤੇ ਮਹਾਰਾਜ ਕਹਿਣ ਲੱਗੇ ਗੁਰੂ ਦਾ ਚਰਨ ਗੁਰੂ ਦੇ ਚਰਨ ਤੇ ਹਨ ਜਹਾਜ਼ ਤੇ ਸੰਸਾਰ ਹੈ ਸਮੁੰਦਰ ਇਹ ਸਮੁੰਦਰ ਤੋਂ ਪਾਰ ਹੋਣਾ ਜਹਾਜ਼ 'ਤੇ ਚੜਨਾ ਪਵੇਗਾ ਜੇ ਸੰਸਾਰ ਤੋਂ ਪਾਰ ਹੋਣਾ ਤੇ ਗੁਰੂ ਦੇ ਚਰਨਾਂ ਨਾਲ ਲੱਗਣਾ ਪਵੇਗਾ ਨਹੀਂ ਤੇ ਪਾਰ ਕੋਈ ਨਹੀਂ ਹੋਇਆ ਜਾਣਾ ਬੰਦਾ ਤਰ ਕੇ ਨਹੀਂ ਸਮੁੰਦਰ ਪਾਰ ਕਰ ਸਕਦਾ ਜਹਾਜ਼ ਦੀ ਲੋੜ ਪੈਣੀ ਹੈ ਸੰਸਾਰ ਆਪਣੀ ਮਰਜ਼ੀ ਨਾਲ ਨਹੀਂ ਉਤਰਿਆ ਜਾਣਾ ਗੁਰੂ ਚਰਨਾੰਦ ਰੂਪੀ ਜਹਾਜ਼ ਦੀ ਲੋੜ ਪੈਣੀ ਹੈ ਇਸ ਕਰਕੇ ਚਰਨ ਕਮਲ ਬੋਹਿਥ ਪੈ ਗੁਰੂ ਦੇ ਚਰਨ ਕਮਲਾਂ ਵਰਗੇ ਬਣ ਗਏ ਨੇ ਜਹਾਜ਼ ਜਿਹੜੇ ਗੁਰਸਿੱਖ ਨਾਲ ਲੱਗੇ ਨੇ ਲਗ ਸਾਗਰ ਤਰਿਓ ਤੇ ਉਸ ਸੰਸਾਰ ਸਮੁੰਦਰ ਤੋਂ ਤਰ ਗਏ ਹਨ ਭੇਟਿਓ ਪੂਰਾ ਸਤਿਗੁਰੂ ਸਾਚਾ ਪ੍ਰਪ ਸਿਓ ਨੇ ਇਹ ਜਿਨ੍ਹਾਂ ਨੂੰ ਪੂਰਾ ਗੁਰੂ ਮਿਲਿਆ ਨਾ ਜਿਨ੍ਹਾਂ ਨੇ ਸੱਚਾ ਨੇ ਕੀਤਾ ਸਾਡਾ ਤੇ ਨੇਹ ਵੀ ਝੂਠਾ ਹੈ ਸਾਡਾ ਤੇ ਪ੍ਰੇਮ ਵੀ ਝੂਠਾ ਹੈ ਅਸੀਂ ਤੇ ਪ੍ਰੇਮ ਕੇਵਲ ਪਦਾਰਥ ਵਾਸਤੇ ਕੀਤਾ ਜਿੱਦਨ ਸਾਨੂੰ ਲੋੜ ਪੈ ਗਈ ਨਾ ਕਿਤੇ ਕੋਈ ਵਿਵਪਤਾ ਆ ਗਈ ਅਸੀਂ ਭੱਜੇ ਆਵਾਂਗੇ ਗੁਰਦੁਆਰੇ ਅਰਦਾਸਾਂ ਵੀ ਕਰਾਵਾਂਗੇ ਮੱਥਾ ਵੀ ਟੇਕਾਂਗੇ ਮੰਗ ਵੀ ਮੰਗਾਗੇ ਬੜਾ ਪ੍ਰੇਮ ਵਿਖਾਵਾਂਗੇ ਆਪਣੇ ਗੁਰੂ ਨੂੰ ਵੀ ਮੈਂ ਬੜਾ ਗੁਰੂ ਜੀ ਤੁਹਾਡਾ ਪਿਆਰਾ ਹਾਂ ਤੇ ਜਿੱਦਨ ਹੋ ਗਈ ਉਹ ਮੰਗ ਪੂਰੀ ਉਹ ਦਿਨ ਸਾਨੂੰ ਗੁਰਦੁਆਰਾ ਵੀ ਭੁੱਲਦਾ ਨਾ ਅਰਦਾਸ ਵੀ ਭੁੱਲਦਾ ਨਹੀਂ ਆਉਣਾ ਜਾਣਾ ਸਭ ਕੁਝ ਭੁੱਲ ਗਿਆ ਤੇ ਫਿਰ ਇਹ ਝੂਠਾ ਹੀ ਪਿਆਰ ਸੀ ਨਾ ਵਿਖਾਇਆ ਮਤਲਬ ਵਾਸਤੇ ਵਿਖਾਇਆ ਮਤਲਬ ਨਿਕਲ ਗਿਆ ਤੇ ਪਿੱਛੇ ਹਟ ਗਿਆ ਮਹਾਰਾਜ ਕਹਿਣ ਲੱਗੇ ਭਾਈ ਇਹ ਜਿਹੜੇ ਗੁਰਮੁਖ ਨੇ ਨਾ ਭੇਟਿਆ ਪੂਰਾ ਸਤਿਗੁਰੂ ਸੱਚਾ ਪ੍ਰਭ ਸਿਉਨੇ ਉਹ ਜਿਨ੍ਹਾਂ ਨੂੰ ਗੁਰੂ ਮਿਲਿਆ ਉਹਨਾਂ ਗੁਰਸਿੱਖਾਂ ਦਾ ਪਿਆਰ ਵੀ ਸੱਚਾ ਹੈ ਉਹਨਾਂ ਦੇ ਪਿਆਰ ਵਿੱਚ ਵੀ ਕੋਈ ਝੂਠ ਨਹੀਂ ਹੈ ਸਾਤਰ ਕੀ ਜਾਂਚਨਾ ਵਿਸਰਨਾ ਸਾਸਕ ਰਾਸ ਸਾਧੂਆਂ ਦੀ ਜਾਂਚਨਾ ਮੰਗੇ ਆ ਵੀ ਸਾਨੂੰ ਭੁੱਲ ਨਾ ਪ੍ਰਮਾਤਮਾ ਅਸੀਂ ਤੈਨੂੰ ਕਿਤੇ ਭੁੱਲ ਨਾ ਜਾਈਏ ਬਸ ਸਾਡੀ ਫਰਿਆਦ ਇਹ ਹੈ ਵੀ ਸਾਨੂੰ ਇੰਨੀ ਕੋਈ ਮਤ ਦੇ ਛੱਡੀ ਵੀ ਅਸੀਂ ਤੇਰੇ ਨਾਮ ਨੂੰ ਜਪਦੇ ਆ ਜਪਦੇ ਆ ਤੈਨੂੰ ਕਿਤੇ ਭੁੱਲੀ ਨਾ ਜਾਈਏ ਤੈਨੂੰ ਯਾਦ ਕਰਦੇ ਰਹੀਏ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਬਚਨ ਲਿਖੇ ਨੇ ਨਾ ਜਦੋਂ ਆਪਾਂ ਪੜ੍ਹਦੇ ਆਂ ਤੇ ਉਹ ਕਹਿਣ ਲੱਗੇ ਕਹਿੰਦੇ ਭਾਈ ਮਤ ਦੇਖ ਭੂਲਾ ਵਿਸਰੈ ਤੇਰਾ ਚਿੱਤ ਨਾ ਆਵੇ ਰੱਬਾ ਉਹ ਪਦਾਰਥ ਨਾ ਦੇਈ ਜਿਹੜਾ ਮਿਲੇ ਤੇ ਤੂੰ ਭੁੱਲ ਜਾਵੇਂ ਇਸ ਕਰਕੇ ਤੂੰ ਮੈਨੂੰ ਯਾਦ ਰਵੇਂ ਮੇਰੇ ਤੇ ਕਿਰਪਾ ਕਰ ਜੋਤੁ ਤੁਧ ਪਾਵੈ ਸੋ ਪੜਾ ਤੇਰੇ ਪਾਣੀ ਕਾਜ ਰਾਸ ਇਹੀ ਤੂੰ ਭੌਂਦੇ ਨੇ ਉਹ ਭਲੇ ਨੇ ਉਹਨਾਂ ਦੇ ਕਾਰ ਦੇ ਸਾਰੇ ਸਫਲੇ ਹੋ ਜਾਂਦੇ ਹਨ ਸੁਖ ਸਾਗਰ ਪ੍ਰੀਤ ਮਿਲੈ ਉਪਜੇ ਮਹਾ ਆਨੰਦ ਕਹਿਣ ਲਗੇ ਸੁਖ ਸਾਗਰ ਜਿਨ੍ਹਾਂ ਨੂੰ ਸੁਖਾਂ ਦਾ ਸਾਗਰ ਪ੍ਰਾਤਮਾ ਪ੍ਰਾਪਤ ਹੋਇਆ ਸਾਗਰ ਨਾਮ ਸਮੁੰਦਰ ਦਾ ਸਮੁੰਦਰ ਵਿੱਚੋਂ ਕੱਲਾ ਪਾਣੀ ਨਹੀਂ ਮਿਲਦਾ ਸਮੁੰਦਰ ਵਿੱਚੋਂ ਹੀਰੇ ਤੇ ਮੋਤੀ ਵੀ ਮਿਲਦੇ ਨੇ ਪਦਾਰਥ ਵੀ ਮਿਲਦੇ ਨੇ ਜਿਹੜਾ ਪ੍ਰਮਾਤਮਾ ਹੈ ਨਾ ਪਾਈ ਉਹ ਪ੍ਰਮਾਤਮਾ ਨੂੰ ਸਾਗਰ ਸਮੁੰਦਰ ਤਾਂ ਕਿਹਾ ਕਿਉਂਕਿ ਪ੍ਰਮਾਤਮਾ ਦੇ ਕੋਲੋਂ ਇਕੱਲੇ ਦੁਨੀਆਂ ਦੇ ਪਦਾਰਥ ਨਹੀਂ ਮਿਲਦੇ ਨਾਮ ਦਾ ਹੀਰਾ ਵੀ ਮਿਲਦਾ ਹੈ ਬਖਸ਼ਿਸ਼ਾਂ ਵੀ ਉਹਦੇ ਤੋਂ ਪ੍ਰਾਪਤ ਹੁੰਦੀਆਂ ਨੇ ਪਾਤਸ਼ਾਹ ਕਹਿਣ ਲੱਗੇ ਸੁਖ ਸਾਗਰ ਪ੍ਰੀਤਮ ਮਿਲੇ ਜਿਨ੍ਹਾਂ ਨੂੰ ਉਹ ਪਿਆਰਾ ਪ੍ਰੀਤਮ ਮਿਲਿਆ ਹੈ ਨਾ ਸੁਖਾਂ ਦਾ ਸਾਗਰ ਸੁਖਾਂ ਦਾ ਸਮੁੰਦਰ ਉਪਜੇ ਮਹਾ ਆਨੰਦ ਉਹਨਾਂ ਨੂੰ ਬਹੁਤ ਵੱਡਾ ਆਨੰਦ ਜਿਹੜਾ ਹੈ ਨਾ ਪ੍ਰਾਪਤ ਹੋਇਆ ਅਸੀਂ ਤੇ ਦੁਨੀਆ ਦਾ ਪਦਾਰਥ ਖਾ ਲਈਏ ਤੇ ਆਖੀਦਾ ਬੜਾ ਆਨੰਦ ਹੈ ਪਰ ਜੇ ਗੁਰੂ ਪਾਤਸ਼ਾਹ ਤੋਂ ਪੁੱਛਿਆ ਜਾਵੇ ਤੇ ਕਹਿਣ ਲੱਗੇ ਆਨੰਦ ਆਨੰਦ ਸਭ ਕੋ ਕਹੈ ساری ਦੁਨੀਆ ਕਹਿੰਦੀ ਅੱਜ ਮੈਂ ਸੋਹਣਾ ਕੱਪੜਾ ਪਾਇਆ ਬੜਾ ਆਨੰਦ ਆਇਆ ਅੱਜ ਮੈਂ ਸੋਹਣਾ ਘਰ ਬਣਾਇਆ ਬੜਾ ਆਨੰਦ ਆਇਆ ਅਨੰਤ ਤੇ ਦੁਨੀਆ ਦੇ ਲੋਕ ਕਹਿੰਦੇ ਨੇ ਪਰ ਸਾਨੂੰ ਅਸਲ ਵਿੱਚ ਪਤਾ ਹੀ ਨਹੀਂ ਵੀ ਆਨੰਦ ਕੀ ਹੈ ਆਨੰਦ ਗੁਰੂ ਤੇ ਜਾਣਿਆ ਹੈ ਅਸਲੀ ਆਨੰਦ ਤੇ ਗੁਰੂ ਤੋਂ ਜਾਣਾਂਗੇ ਜਦੋਂ ਸਾਨੂੰ ਪ੍ਰਮਾਤਮਾ ਦੀ ਪ੍ਰਾਪਤੀ ਹੋ ਗਈ ਨਾ ਫਿਰ ਜਿਹੜਾ ਆਨੰਦ ਆਉਣਾ ਫਿਰ ਸਾਨੂੰ ਪਤਾ ਲੱਗਣਾ ਵੀ ਅਸੀਂ ਤੇ ਦੁਨੀਆ ਦੇ ਝੂਠੇ ਆਨੰਦਾਂ ਵਿੱਚ ਆਖਿਆ ਵੀ ਬੱਲੇ ਬੱਲੇ ਬੜੀ ਗੱਲ ਹੈ ਜਦੋਂ ਪ੍ਰਮਾਤਮਾ ਦੀ ਪ੍ਰਾਪਤੀ ਦਾ ਆਨੰਦ ਆਇਆ ਫਿਰ ਪਤਾ ਲੱਗਣਾ ਵੀ ਨਹੀਂ ਦੁਨੀਆ ਦੇ ਪਦਾਰਥ ਤੇ ਐਵੇਂ ਝੂਠੇ ਤੁਰੇ ਫਿਰਦੇ ਨੇ ਪਾਤਸ਼ਾਹ ਫਰਮਾਉਂਦੇ ਹਨ ਕੋ ਨਾਨਕ ਸਭ ਦੁੱਖ ਮਿਟਾਏ ਪ੍ਰਾਪੇਟੇ ਪਰਮਾਨੰਦ ਨਾਮਕ ਦੇ ਪਾਤਸ਼ਾਹ ਫਰਮਾਉਂਦੇ ਨੇ ਗੁਰੂ ਅਰਜਨ ਸਾਹਿਬ ਦੇ ਰੂਪ ਦੇ ਵਿੱਚ ਵੀ ਜਿਨ੍ਹਾਂ ਨੂੰ ਭੇਟੇ ਪਰਮਾਨੰਦ ਵੱਡਾ ਆਨੰਦ ਸਰੂਪ ਪ੍ਰਮਾਤਮਾ ਜਿਨ੍ਹਾਂ ਨੂੰ ਮਿਲਿਆ ਉਹਨਾਂ ਨੂੰ ਸਦਾ ਵਾਸਤੇ ਇੱਥੇ ਵੀ ਸੁਖ ਤੇ ਦੁਖ ਹੋ ਗਏ ਨਾਸ ਤੇ ਪ੍ਰਲੋਕ ਦੇ ਵਿੱਚ ਵੀ ਸੁਖ ਉਹਨਾਂ ਨੂੰ ਪ੍ਰਾਪਤ ਹੁੰਦੇ ਸਮੇਂ ਦੀ ਸਮਾਪਤੀ ਭੁੱਲਾਂ ਦੀ ਮੁਆਫੀ ਬਚਨ ਗੁਰੂ ਕਾ ਜਾਣ ਕੇ ਹਿਰਦੇ ਵਸਾਉਣਾ ਉਲਾਂ ਦਾਸ ਦੀਆਂ ਮੁਆਫ ਕਰਨੀਆਂ 20 ਤਰੀਕ ਨੂੰ ਕੈਂਪ ਲੱਗ ਰਹੇ ਨੇ ਮੁੱਖ 게ਟ ਦੇ ਉੱਪਰ ਸੰਨੀ ਇਨਕਲੇਵ ਵਿਖੇ ਜਿਨ੍ਹਾਂ ਸੰਗਤਾਂ ਨੇ ਖੂਨਦਾਨ ਕਰਨੇ ਨੇ ਲਾਹੇ ਪ੍ਰਾਪਤ ਕਰੋ ਜੀ ਦੇਵ ਸੱਜਣ ਦੇ ਅਸੀਂ ਸੜੀਆਂ ਜਿਵੇਂ ਹੋਵੇ ਸਾਹਿਬ ਸਿਓ ਮੇਲਾ ਸੁਖ ਸਾਗਰ ਪੀਤ ਮਿਲੇ ਉਪਜੇ ਮਹਾਨੰਦ ਕਹੋ ਨਾਨਕ ਸਭ ਦੁੱਖ ਮਿਟਾਏ ਪ੍ਰਾਪੇਟੇ ਪਰਮਾਨੰਦ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ